ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਸਿੱਧੂ ਅਤੇ ਅੱਜ ਅਸੀਂ ਇੱਕ ਖਾਸ ਗੱਲ 'ਤੇ ਲਾਈਵ ਹੋ ਰਹੀ ਹਾਂ। ਮੈਂ ਥੋੜ੍ਹੀ ਦੇਰ ਪਹਿਲਾਂ ਹੀ ਮੈਂ ਮੈਂਸ਼ਨ ਕੀਤਾ ਸੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਡਾਇਰੈਕਟਰ SCERT ਪੰਜਾਬ ਵੱਲੋਂ ਜਿਹੜਾ ਕਿ ਨੋਟਿਸ ਆਇਆ ਹੈ ਸਰਕਾਰੀ ਸਕੂਲਾਂ ਨੂੰ ਪੰਜਾਬ ਵਿੱਚ ਕਿ ਗੈਰ ਸਰਕਾਰੀ ਸੰਸਥਾਵਾਂ ਜਿਵੇਂ ਕਿ NGOs ਨੇ, ਸੋ ਇਹ ਨੋਟਿਸ ਆਇਆ ਇੱਕ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਕਿ ਜਿਹੜੀਆਂ NGOs ਨੇ ਜਾਂ ਜਿਹੜੇ ਵੀ ਵਿਅਕਤੀ ਜਾਂ ਜਿਹੜੇ ਵੀ NRIs ਨੇ ਜਿਹੜੇ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ, ਜਿਵੇਂ ਕਿ ਇੱਥੇ ਲਿਖਿਆ ਕਿ ਗਰੀਬ ਪਰਿਵਾਰ ਦੇ ਬੱਚੇ, ਸੋ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਪੁਸਤਕਾਂ, ਵਰਦੀਆਂ, ਸ਼ੂਜ਼ ਅਤੇ ਹੋਰ ਸਮਾਨ ਆਦਿ ਵੰਡਣ ਸਮੇਂ ਉਹਨਾਂ ਦੀ ਪਹਿਚਾਣ ਜਿਹੜੀ ਆ ਉਹ ਜਨਤਕ ਨਾ ਕਰੇ। ਕਹਿਣ ਦਾ ਮਤਲਬ ਕਿ ਜਦੋਂ ਕੋਈ ਵੀ NRI ਜਾਂ ਕੋਈ ਵੀ ਪਰਿਵਾਰ ਜਾਂ ਕੋਈ ਵੀ NGO ਜਦੋਂ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਮਦਦ ਕਰਦੀ ਆ ਅਤੇ ਉਹ ਕਵਰੇਜ ਨਾ ਕਰੇ, ਉਹ ਕੋਈ ਫੋਟੋ ਨਾ ਖਿੱਚੇ, ਕੋਈ ਲਾਈਵ ਵੀਡੀਓ ਨਾ ਬਣਾਏ, ਕੋਈ ਵੀਡੀਓ ਨਾ ਬਣਾਏ, ਬਸ ਉੱਥੇ ਦੇ ਕੇ ਆ ਜਾਏ ਜਾਂ ਕਿਸੇ ਟੀਚਰ ਨਾਲ ਫੋਟੋ ਕਰਵਾ ਲਏ। ਸੋ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਇਹ ਨੋਟਿਸ ਬਣਾਇਆ ਉਹਨਾਂ ਨੂੰ ਕਹਿਣਾ ਚਾਹੁੰਦੀ ਕਿ ਤੁਸੀਂ ਗਰੀਬ ਲਿਖ ਕੇ 3-4 ਵਾਰੀ ਇਸ ਨੋਟਿਸ ਦੇ ਵਿੱਚ, ਵੈਸੇ ਹੀ ਤੁਸੀਂ ਜਿਹੜੀ ਤੁਸੀਂ ਕਹਿੰਦੇ ਹੋ ਕਿ ਇਹਦੇ ਨਾਲ ਨੋਟਿਸ 'ਚ ਜਿਵੇਂ ਤੁਸੀਂ ਲਿਖਿਆ ਕਿ ਲੋੜਵੰਦ ਬੱਚਿਆਂ ਦੀ ਜਿਹੜੀ ਪਹਿਚਾਣ ਆ ਜਦੋਂ ਜ਼ਾਹਿਰ ਹੁੰਦੀ ਆ ਅਤੇ ਬੱਚਿਆਂ ਵਿੱਚ ਜਿਹੜੀ ਆ ਹੀਣ ਭਾਵਨਾ ਆਉਂਦੀ ਆ। ਸੋ ਮੈਨੂੰ ਲੱਗਦਾ ਕਿ ਨੋਟਿਸ 'ਚ ਇੰਨੀ ਵਾਰੀ ਗਰੀਬ ਸ਼ਬਦ ਯੂਜ਼ ਕਰਕੇ, ਜਿਹੜਾ ਕਿ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਕਿ ਅਸੀਂ ਕਦੀ ਵੀ ਇਸ ਵਰਡ ਨੂੰ ਨਾ ਯੂਜ਼ ਕਰੀਏ, ਅਸੀਂ ਹਰ ਇੱਕ ਨੂੰ ਆਪਣਾ ਸਮਝੀਏ, ਇਹ ਲਫ਼ਜ਼ ਹੀ ਯੂਜ਼ ਕਰਕੇ ਤੁਸੀਂ ਜਿਹੜੀ ਆ ਹੀਣ ਭਾਵਨਾ ਤੋਂ ਆਪਣਾ ਨੋਟਿਸ ਜਿਹੜਾ ਉਹ ਸ਼ੁਰੂ ਕੀਤਾ ਅਤੇ ਇਹਨਾਂ ਫੋਟੋਆਂ ਨੂੰ ਅਖਬਾਰਾਂ ਵਿੱਚ, ਸੋਸ਼ਲ ਮੀਡੀਆ 'ਤੇ, ਵਟਸਐਪ 'ਤੇ ਤੁਸੀਂ ਨਾ ਪਾਓ। ਅਤੇ ਇਸ ਵੀਡੀਓ 'ਚ ਅੱਜ ਮੈਂ ਬਿਕੋਜ਼ ਮੈਨੂੰ ਆਪਣੇ ਪੂਰੇ 3 ਸਾਲ ਦੇ ਸਫ਼ਰ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਆਈਆਂ, ਇੰਨੀਆਂ ਦਿੱਕਤਾਂ ਆਈਆਂ ਕਿ ਬਹੁਤ ਵਾਰ ਮੈਂ ਕਿ ਬਹੁਤ ਸਾਰੇ ਸਮਾਜ ਸੇਵੀਆਂ ਨੇ ਆਪਣੀ NGOs ਬਾਰੇ ਬੜੀ ਵਾਰੀ ਕਿਹਾ ਕਿ ਉਹ ਬਹੁਤ ਪਰੇਸ਼ਾਨ ਹੋ ਗਏ ਨੇ ਜਾਂ ਬਹੁਤ ਵਾਰ ਬੰਦ ਕਰਨ ਤੱਕ ਸੋਚ ਲੈਂਦੇ ਨੇ। ਸੋ ਮੈਂ ਹਮੇਸ਼ਾ ਹੀ ਆਪਣੀ ਚੁੱਪ ਜਿਹੜੀ ਆ ਕਾਇਮ ਰੱਖੀ ਆ ਅਤੇ ਹਮੇਸ਼ਾ ਹੀ ਮੇਰੀ ਕੋਸ਼ਿਸ਼ ਆ ਕਿ ਮੈਂ ਅੱਛਾ ਕੰਮ ਨਿਰੰਤਰ ਜਿਹੜਾ ਉਹ ਮੈਂ ਜਾਰੀ ਰੱਖਾਂ। ਪਰ ਅੱਜ ਇਸ ਨੋਟਿਸ ਤੋਂ ਮੇਰੇ ਖਿਆਲ 'ਚ ਕਿ ਮੇਰਾ ਬੋਲਣਾ ਬੰਦ ਹੈ, ਕਿਉਂਕਿ ਸਭ ਤੋਂ ਜ਼ਿਆਦਾ ਜਾਂ ਤੁਸੀਂ ਕਹਿ ਸਕਦੇ ਹੋ ਕਿ ਸਭ ਤੋਂ ਨੇੜੇ ਅਸੀਂ ਸਰਕਾਰੀ ਸਕੂਲਾਂ ਦੇ ਨੇੜੇ ਹਾਂ ਅਤੇ ਸਭ ਤੋਂ ਜ਼ਿਆਦਾ ਅਸੀਂ ਬੱਚਿਆਂ ਲਈ ਕੰਮ ਕਰ ਰਹੇ ਹਾਂ ਜਿਹੜੇ ਕਿ 5th class ਤੱਕ ਹੁੰਦੇ ਨੇ। ਅਤੇ ਸ਼ਾਇਦ ਸਭ ਤੋਂ ਜ਼ਿਆਦਾ ਜਿਹੜੀਆਂ ਫੋਟੋਗ੍ਰਾਫਸ ਨੇ, ਸਭ ਤੋਂ ਜ਼ਿਆਦਾ ਵੀਡੀਓਜ਼ ਨੇ ਜਾਂ ਲਾਈਵ ਵੀਡੀਓਜ਼ ਦੇ ਥਰੂ ਕੀ ਹਾਲਾਤ ਨੇ ਸਰਕਾਰੀ ਸਕੂਲਾਂ ਦੇ, ਉਹ ਸ਼ਾਇਦ ਸਮਾਈਲਸ ਕੇਅਰ ਜਿਹੜੀ ਸਾਡੀ ਸੰਸਥਾ ਹੈ ਇਹਦੇ ਥਰੂ ਜਿਹੜੇ ਆ ਉਹ ਮੀਡੀਆ ਦੇ ਸਾਹਮਣੇ ਅਸੀਂ ਲਿਆਉਂਦੇ ਜਾਂ ਇਹਦੇ ਥਰੂ ਅਸੀਂ ਲੋਕਾਂ ਦੇ ਸਾਹਮਣੇ ਲਿਆਉਂਦੇ ਜਿਹਦੇ ਨਾਲ ਸਾਰਿਆਂ ਨੇ ਬਹੁਤ ਹੈਲਪ ਕੀਤੀ ਆ। ਸੋ ਇਹ ਜਿਹੜਾ ਨੋਟਿਸ ਭੇਜਿਆ ਸਰਕਾਰ ਨੇ ਕਿ ਸਕੂਲਾਂ ਦੇ ਵਿੱਚ ਕਿ ਤੁਸੀਂ ਕਵਰੇਜ ਨਹੀਂ ਕਰ ਸਕਦੇ ਜਦੋਂ ਤੁਸੀਂ ਕੋਈ ਵੀ ਕੈਂਪੇਨ ਕਰਦੇ ਹੋ ਜਾਂ ਬੱਚਿਆਂ ਦੀ ਕੋਈ ਹੈਲਪ ਕਰਦੇ ਹੋ। ਸੋ ਇਹ ਸਾਰੀ ਵੀਡੀਓ 'ਚ ਮੈਂ ਆਪਣੀ ਖੁਦ ਦੀ ਜਿਹੜੀ ਸੰਸਥਾ ਵਾ ਸਾਰੀਆਂ ਸੰਸਥਾਵਾਂ ਦੇ ਬਿਹਾਫ 'ਤੇ ਇੱਕ ਉਦਾਹਰਣ ਵਜੋਂ ਲਵਾਂਗੀ ਕਿ ਕਿਵੇਂ ਕੀ ਸਿਨੈਰੀਓਜ਼ ਹੁੰਦੇ ਨੇ ਸੰਸਥਾਵਾਂ ਦੇ ਵਿੱਚ ਅਤੇ ਕਿਉਂ ਜ਼ਰੂਰੀ ਆ। ਸੋ ਬਹੁਤ ਸਾਰੀਆਂ ਐਗਜ਼ਾਮਪਲਸ ਜਿਹੜੀਆਂ ਮੈਂ ਆਪਣੀ NGO ਦੀਆਂ ਹੀ ਇਹਦੇ ਵਿੱਚ ਅੱਜ ਮੈਂ ਲਵਾਂਗੀ। ਸੋ ਬਹੁਤ ਜਾਣਿਆਂ ਨੇ ਕਿਹਾ ਕਿ ਮੈਮ ਤੁਸੀਂ ਬਹੁਤ ਲੰਬੀ ਵੀਡੀਓ ਨਾ ਬਣਾਇਓ, ਬਟ ਮੈਂ ਆਪਣੀ ਜਿਹੜੀ ਆ ਗੱਲ ਰੱਖਣਾ ਚਾਹੁੰਦੀ ਹਾਂ, ਇਸ ਗੱਲ ਨੂੰ ਕਲੀਅਰ ਕਰਨਾ ਚਾਹੁੰਦੀ ਅਤੇ ਡੈਫੀਨੇਟਲੀ ਮੈਂ ਸਾਰੇ ਪੁਆਇੰਟਸ ਜਿਹੜੇ ਆ ਇਹਦੇ ਜ਼ਰੂਰ ਅੱਜ ਆਪਣੀ ਵੀਡੀਓ ਦੇ ਥਰੂ ਛੇੜਾਂਗੀ। ਸੋ ਸੰਸਥਾਵਾਂ ਦੇ ਕਾਰਜਾਂ ਦੇ ਵਿੱਚ ਇਹ ਕੋਈ ਪਹਿਲਾ ਵਿਘਨ ਨਹੀਂ ਆ ਸਰਕਾਰ ਵੱਲੋਂ ਜਾਂ ਤੁਸੀਂ ਕਹਿ ਲਓ ਕਿ ਕੋਈ ਵੀ ਹੋਰ ਜਿਹੜੀਆਂ ਜਥੇਬੰਦੀਆਂ ਨੇ ਜਾਂ ਪਾਰਟੀਜ਼ ਨੇ। ਸੋ ਹਮੇਸ਼ਾ ਹੀ ਸੰਸਥਾਵਾਂ ਨੂੰ ਜਾਂ ਸੰਸਥਾਵਾਂ 'ਚ ਕੰਮ ਕਰਨ ਵਾਲਿਆਂ ਨੂੰ, ਉਹਨਾਂ ਨੂੰ ਸ਼ੁਰੂ ਕਰਨ ਵਾਲਿਆਂ ਦੇ ਰੋਜ਼ ਹੀ ਰਸਤਿਆਂ ਦੇ ਵਿੱਚ ਜਿਹੜੇ ਆ ਉਹ ਰੋੜੇ ਨੇ ਅਤੇ ਮੈਂ ਹਮੇਸ਼ਾ ਚੁੱਪ ਨੂੰ ਚੁਣਿਆ। ਅਤੇ ਜਦੋਂ ਅਸੀਂ ਸ਼ੂਜ਼ ਦਾ ਮਿਸ਼ਨ ਆਲਮੋਸਟ 3 ਸਾਲ ਪਹਿਲਾਂ ਜਦੋਂ ਅਸੀਂ 10,000 ਸ਼ੂਜ਼ ਵੰਡਣ ਦਾ ਮਿਸ਼ਨ ਸ਼ੁਰੂ ਕੀਤਾ ਸੀ ਜਿਹੜਾ ਅਸੀਂ 2 ਸਾਲਾਂ 'ਚ ਕੰਪਲੀਟ ਕੀਤਾ, ਉਸ ਤੋਂ ਬਾਅਦ 50,000 ਸ਼ੂਜ਼ ਵੰਡਣ ਦਾ ਅਸੀਂ ਮਿਸ਼ਨ ਲਿਆ। ਸੋ ਜਦੋਂ ਮੈਂ ਸ਼ੂਜ਼ ਵੰਡਣੇ ਵੀ ਸ਼ੁਰੂ ਕੀਤੇ ਸੀ ਉਦੋਂ ਵੀ ਮੈਨੂੰ ਸਕੂਲਾਂ 'ਚੋਂ ਵੀ, ਉਦੋਂ ਟੀਚਰਸ ਨੂੰ ਸਾਡਾ ਇੰਨਾ ਪਤਾ ਨਹੀਂ ਸੀ ਹੁੰਦਾ, ਉਦੋਂ ਵੀ ਮੈਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਿਹਦੇ ਲਈ ਮੈਂ ਸਪੈਸ਼ਲ ਕ੍ਰਿਸ਼ਨ ਕੁਮਾਰ ਜੀ ਨਾਲ ਜਿਹੜੀ ਆ ਸਪੈਸ਼ਲ ਮੀਟਿੰਗ ਕੀਤੀ ਸੀ, ਜਿਸ ਮੀਟਿੰਗ ਦੀ ਕੋਈ ਲੋੜ ਨਹੀਂ ਸੀ ਕਿ ਅਸੀਂ ਕਿਸੇ ਦੀ ਹੈਲਪ ਕਰਨੀ ਆ, ਅਸੀਂ ਬੱਚਿਆਂ ਨੂੰ ਕੁਛ ਦੇ ਰਹੇ ਹਾਂ, ਉਹਦੇ ਵਿੱਚ ਪਰਮਿਸ਼ਨ ਦੀ ਆਈ ਥਿੰਕ ਸਾਨੂੰ ਜ਼ਰੂਰਤ ਨਹੀਂ ਆ। ਬਟ ਫਿਰ ਵੀ
ਇੱਥੋਂ ਜਾ ਕੇ ਚੰਡੀਗੜ੍ਹ ਸਪੈਸ਼ਲੀ ਪਰਮਿਸ਼ਨ ਲੈਣੀ ਪਈ, ਉਹਨਾਂ ਨੂੰ ਦੱਸਣਾ ਪਿਆ, ਤੇ ਫਿਰ ਹਰ ਸਕੂਲ 'ਚ ਫਿਰ ਅਸੀਂ ਦੱਸਿਆ ਕਿ ਸਾਨੂੰ ਜਿਹੜੀ ਆ ਉੱਥੋਂ ਪਰਮਿਸ਼ਨ ਆ, ਇਸ ਕਰਕੇ ਅਸੀਂ ਸ਼ੂਜ਼ ਜਿਹੜੇ ਆ ਉਹ ਦੇ ਰਹੇ ਹਾਂ। ਅੱਜ ਤੱਕ ਜਿਹੜੇ ਟੋਟਲ ਕੈਂਪੇਨਸ ਆ 336 ਕੈਂਪੇਨ ਜਿਹੜੇ ਆ ਅਸੀਂ ਵੱਖ ਵੱਖ ਲੋਕੇਸ਼ਨ ਦੇ ਵਿੱਚ, ਜਿਸ ਵਿੱਚ ਬਹੁਤ ਸਾਰੇ ਸਰਕਾਰੀ ਸਕੂਲ ਸੀ ਉੱਥੇ ਅਸੀਂ ਇਹ ਕੈਂਪੇਨ ਕੀਤੇ, ਆਲਮੋਸਟ 16,500 ਪਲੱਸ ਸ਼ੂਜ਼ ਜਿਹੜੇ ਆ ਦਿੱਤੇ। ਅਤੇ ਬਹੁਤ ਸਾਰੀਆਂ ਸੰਸਥਾਵਾਂ ਨੇ ਪੰਜਾਬ 'ਚ ਬਹੁਤ ਅੱਛਾ ਕੰਮ ਕਰ ਰਹੀਆਂ ਨੇ ਅਤੇ ਕੀਤਾ, ਅਤੇ ਸਰਕਾਰੀ ਸਕੂਲਾਂ ਵੱਲ ਬੱਚਿਆਂ ਵਾਲੇ ਬੱਚਿਆਂ ਵੱਲ ਜਿਹੜੀਆਂ ਸੰਸਥਾਵਾਂ ਦਾ ਧਿਆਨ ਹੋਇਆ। ਅਤੇ ਅੱਜ ਦੇ ਦਿਨ ਪੰਜਾਬ ਦੇ ਵਿੱਚ ਬਹੁਤ ਸਾਰੀਆਂ NGOs ਆ ਜਿਹੜੀਆਂ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮਦਦ ਕਰਦੀਆਂ ਨੇ, ਹਰ ਤਰ੍ਹਾਂ ਮਦਦ ਕਰ ਰਹੀਆਂ ਨੇ, ਇੱਥੋਂ ਤੱਕ ਕਿ ਬਿਲਡਿੰਗ ਬਣਾ ਕੇ ਦੇ ਰਹੀਆਂ ਨੇ, ਵਾਲ ਪੇਂਟਿੰਗ ਕਰਾ ਕੇ ਦੇ ਰਹੀਆਂ ਨੇ, ਸਮਾਰਟ ਕਲਾਸਿਸ ਬਣਵਾ ਕੇ ਦੇ ਰਹੀਆਂ ਨੇ। ਸੋ ਸੰਸਥਾਵਾਂ ਜਿਹੜੀਆਂ ਵਾ ਉਹ ਸਰਕਾਰ ਨਾਲੋਂ ਵੀ ਬਹੁਤ ਜ਼ਿਆਦਾ ਅਤੇ ਬਹੁਤ ਅੱਛਾ ਕੰਮ ਜਿਹੜੀਆਂ ਉਹ ਕਰ ਰਹੀਆਂ ਨੇ। ਸੋ ਇੱਕ ਚੀਜ਼ ਜਿਹੜੀ ਮੈਂ ਸਪੈਸ਼ਲ ਇੱਥੇ ਮੈਂਸ਼ਨ ਕਰਨਾ ਚਾਹੁੰਦੀ ਕਿ ਜਦੋਂ ਦਾ ਵੀ ਅਸੀਂ ਸ਼ੂਜ਼ ਦੇਣ ਦਾ ਮਿਸ਼ਨ ਜਿਹੜਾ ਪੰਜਾਬ 'ਚ ਸ਼ੁਰੂ ਕੀਤਾ, ਅਸੀਂ ਫਸਟ ਕੈਂਪੇਨ ਤੋਂ ਪਹਿਲੇ ਕੈਂਪ ਤੋਂ ਹੀ ਅਸੀਂ ਸਕੂਲ 'ਚ ਹਮੇਸ਼ਾ ਬੱਚਿਆਂ ਨੂੰ ਸ਼ੂਜ਼ ਪਵਾਉਂਦੇ, ਬੱਚਿਆਂ ਨੂੰ ਖੁਦ ਆਪਣੇ ਸਾਹਮਣੇ ਬਿਠਾ ਕੇ ਹਮੇਸ਼ਾ ਅਸੀਂ ਸ਼ੂਜ਼ ਉਹਨਾਂ ਨੂੰ ਖੁਦ ਆਪਣੇ ਹੱਥਾਂ ਨਾਲ ਪਵਾਉਂਦੇ ਹਾਂ। ਇਸ ਕਰਕੇ ਨਹੀਂ ਪਵਾਉਂਦੇ ਕਿ ਜਿਹੜਾ ਤੁਸੀਂ ਨੋਟਿਸ 'ਚ ਲਿਖਿਆ ਕਿ ਹੀਣ ਭਾਵਨਾ ਪੈਦਾ ਹੁੰਦੀ ਆ, ਇਸੇ ਤਰ੍ਹਾਂ ਦੀ ਘਟੀਆ ਸੋਚ ਨੂੰ ਖਤਮ ਕਰਨ ਲਈ ਸ਼ਾਇਦ ਜਿਹੜਾ ਬੂਟ ਦੇਣ ਦਾ ਤਰੀਕਾ ਸੀ ਉਹ ਮੈਂ ਇਹ ਅਪਣਾਇਆ, ਜਾਂ ਸਾਡੀ ਸੰਸਥਾ ਨੇ ਇਹ ਅਪਣਾਇਆ, ਜਾਂ ਅੱਜ ਸਾਰਾ ਪੰਜਾਬ ਇਹੀ ਤਰੀਕਾ ਅਪਣਾਉਂਦਾ ਹੈ, ਤਾਂ ਕਿ ਬੱਚੇ ਨੂੰ ਇਹ ਮਹਿਸੂਸ ਹੋਵੇ ਕਿ ਉਹਦੀ ਦੀਦੀ ਉਹਨੂੰ ਸ਼ੂਜ਼ ਦੇ ਰਹੀ ਆ, ਉਹਦੀ ਭੈਣ ਉਹਨੂੰ ਸ਼ੂਜ਼ ਦੇ ਰਹੀ ਆ। ਸੋ ਬੱਚੇ 'ਚ ਜਿਹੜੀ ਹੀਣ ਭਾਵਨਾ ਨਾ ਆਵੇ, ਅਤੇ ਹਮੇਸ਼ਾ ਹੀ ਉਹਨੂੰ ਜਿਹੜਾ ਵਾ ਜੇ ਉਹਨੂੰ ਆਪਾਂ ਹੈਲਪ ਕਰ ਰਹੇ ਉਹਨੂੰ ਇੱਕ ਤੋਹਫਾ ਲੱਗੇ, ਨਾ ਕਿ ਉਹਨੂੰ ਇਹ ਲੱਗੇ ਕਿ ਕੋਈ ਉਹਨੂੰ ਦਾਨ ਕਰ ਗਿਆ। ਜਦੋਂ ਵੀ ਅਸੀਂ ਸ਼ੂਜ਼ ਕੈਂਪੇਨ ਕਰਦੇ ਹਾਂ ਅਸੀਂ ਹਮੇਸ਼ਾ ਹੀ ਬੱਚਿਆਂ ਨੂੰ ਇਹ ਦੱਸਦੇ ਹਾਂ ਕਿ ਤੁਸੀਂ ਅੱਗੋਂ ਹੈਲਪ ਕਰਨੀ ਆ ਦੂਸਰੇ ਬੱਚਿਆਂ ਨੂੰ, ਵੱਡੇ ਹੋ ਕੇ ਜੇ ਤੁਹਾਨੂੰ ਲੱਗੇ ਕਿ ਜਿੱਦਾਂ ਤੁਹਾਨੂੰ ਅੱਜ ਸ਼ੂਜ਼ ਮਿਲੇ ਆ ਉੱਦਾਂ ਤੁਸੀਂ ਦੂਸਰਿਆਂ ਨੂੰ ਹੈਲਪ ਕਰਨੀ ਆ, ਅਤੇ ਜੇ ਤੁਹਾਨੂੰ ਸ਼ੂਜ਼ ਛੋਟੇ ਹੋ ਗਏ ਨੇ ਤਾਂ ਤੁਸੀਂ ਸ਼ੂਜ਼ ਜਿਹੜੇ ਆ ਉਹ ਤੁਸੀਂ ਦੂਸਰੇ ਨੂੰ ਜਿਹੜੀ ਆ ਦੇਣੇ ਨੇ। ਹਮੇਸ਼ਾ ਹੀ ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ 'ਤੇ ਸਵਾਲ ਕੀਤੇ ਨੇ, ਬਹੁਤ ਵਾਰੀ ਕਿਹਾ ਵੀ ਆ ਕਿ ਤੁਹਾਡੇ ਸ਼ੂਜ਼ ਮਹਿੰਗੇ ਨੇ, ਆਲਮੋਸਟ 350 ਤੱਕ ਜਿਹੜੀ ਆ ਪਰ ਸ਼ੂ ਕੋਸਟ ਵਿਦ ਸੋਕਸ ਜਿਹੜੀ ਮੈਂ ਹਮੇਸ਼ਾ ਆਪਣੇ ਕੈਂਪੇਨ 'ਚ ਫਾਈਨਲ ਕੀਤੀ ਹੈ, ਕਿਉਂਕਿ ਹਮੇਸ਼ਾ ਹੀ ਮੈਂ ਅੱਛੇ ਸ਼ੂਜ਼ ਦਿੱਤੇ ਨੇ। ਮੈਂ ਕਿ ਹਰ ਸੰਸਥਾ ਜਾਂ ਮੇਰੇ ਵੱਲੋਂ ਤਾਂ ਇਹੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਵਧੀਆ ਸ਼ੂਜ਼ ਮਿਲੇ ਤਾਂ ਕਿ ਉਹ ਕਿਸੇ ਹੋਰ ਨੂੰ ਵੀ ਹੈਲਪ ਕਰ ਸਕੇ ਜੇ ਉਹਨੂੰ ਸ਼ੂ ਛੋਟਾ ਹੋ ਜਾਵੇ ਜਾਂ ਕੋਈ ਵੀ ਦਿੱਕਤ ਆ। ਸੋ ਇਸ ਤਰ੍ਹਾਂ ਜਿਹੜਾ ਕਿ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ ਕਿ ਹੈਲਪ ਕਰਨ ਦਾ ਜਿਹੜਾ ਉਹ ਮਤਲਬ ਕੀ ਆ। ਸੋ ਅਸੀਂ ਜਿਹੜੇ ਖੁਦ ਬੱਚਿਆਂ ਨੂੰ, ਤੁਸੀਂ ਇੰਨੀਆਂ ਹਜ਼ਾਰਾਂ ਵੀਡੀਓਜ਼ ਦੇਖਦੇ ਹੋ, ਇੰਨੀਆਂ ਹਜ਼ਾਰਾਂ ਫੋਟੋਜ਼ ਦੇਖੀਆਂ ਨੈੱਟ 'ਤੇ, ਟੀਚਰਸ ਆਲਮੋਸਟ 300 ਪਲੱਸ ਸਕੂਲਾਂ 'ਚ ਅਸੀਂ ਚੱਲ ਗਏ ਹੋਣੇ ਹਾਂ, ਹਰ ਸਕੂਲ ਜਿੱਥੇ ਅਸੀਂ ਗਏ ਹਾਂ ਜਾਂ ਜਿੱਥੇ ਕੋਈ ਹੋਰ ਸੰਸਥਾ ਗਈ ਹੈ, ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਤੋਂ ਫੀਡਬੈਕ ਲਵੇ ਅਤੇ ਫਿਰ ਇਹੋ ਜਿਹੇ ਬੇਤੁਕੇ ਨੋਟਿਸ ਜਿਹੜੇ ਆ ਭੇਜੇ। ਪਹਿਲਾਂ ਉਹਨਾਂ ਨੂੰ ਪੁੱਛੇ ਟੀਚਰਸ ਨੂੰ ਅਤੇ ਬੱਚਿਆਂ ਨੂੰ ਕਿ ਜਦੋਂ ਤੁਹਾਨੂੰ ਸ਼ੂਜ਼ ਮਿਲੇ ਸੀ ਜਾਂ ਕਿਸੇ ਵੀ NGO ਨੇ ਜਦੋਂ ਤੁਹਾਨੂੰ ਵਰਦੀਆਂ ਦਿੱਤੀਆਂ, ਤੁਹਾਡੇ ਸਕੂਲ 'ਚ RO ਲਗਾਇਆ ਜਾਂ ਤੁਹਾਨੂੰ ਹੈਲਪ ਕੀਤੀ, ਤੁਹਾਡੇ ਨਾਲ ਫੋਟੋਜ਼ ਖਿੱਚੀਆਂ, ਤੁਹਾਡੇ ਨਾਲ ਬਰਥਡੇ ਸੈਲੀਬ੍ਰੇਟ ਕੀਤਾ, ਐਨੀਵਰਸਰੀ ਸੈਲੀਬ੍ਰੇਟ ਕੀਤੀ, ਆਪਣੇ ਪਰਿਵਾਰ ਨੂੰ ਛੱਡ ਕੇ ਕਈ ਪਰਿਵਾਰਾਂ ਨੇ ਸਕੂਲਾਂ ਨੂੰ ਚੁਣਿਆ ਕਿ ਅਸੀਂ ਇੱਥੇ ਸੈਲੀਬ੍ਰੇਟ ਕਰਾਂਗੇ, ਮੈਂ ਪੁੱਛਣਾ ਚਾਹੁੰਦੀ ਹਾਂ ਕਿ ਉਦੋਂ ਬੱਚਿਆਂ ਨੂੰ ਕਿੰਨੀ ਕੁ ਹੀਣ ਭਾਵਨਾ ਜਿਹੜੀ ਆ ਉਹਨਾਂ ਨੂੰ ਫੀਲ ਹੋਈ ਆ, ਹੀਣ ਭਾਵਨਾ ਫੀਲ ਹੋਈ ਆ ਕਿ ਉਹਨਾਂ ਨੇ ਇੰਜੋਏ ਕੀਤਾ, ਉਹ ਖੁਸ਼ ਹੋਏ ਨੇ। ਹਮੇਸ਼ਾ ਹੀ ਮੈਂ ਦੱਸਣਾ ਚਾਹੁੰਦੀ ਕਿ ਮੈਂ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਉਦਾਸ ਪਾਇਆ ਹੈ ਹਮੇਸ਼ਾ, ਜਦੋਂ ਵੀ ਮੈਂ ਦਿੱਲੀ ਗਵਰਨਮੈਂਟ ਦੀ ਇੰਨੀ ਮੈਂ ਇੱਥੇ ਵਾਕਈ ਤਾਰੀਫ ਕਰਨਾ ਚਾਹੁੰਦੀ ਕਿ ਉਹਨਾਂ ਨੇ ਹੈਪੀਨੈਸ ਕਲਾਸਿਸ ਸ਼ੁਰੂ ਕੀਤੀਆਂ ਨੇ, ਇਸ ਚੀਜ਼ ਨੂੰ ਸਮਝਿਆ ਕਿ ਬੱਚੇ ਕਿਹੋ ਜਿਹੀਆਂ ਸਿਚੁਏਸ਼ਨ 'ਚ ਸਕੂਲ ਆਉਂਦੇ ਨੇ, ਕਿੰਨੇ ਜ਼ਿਆਦਾ ਉਹਨਾਂ ਨੂੰ ਦਰਦਨਾਕ ਉਹਨਾਂ ਦੀਆਂ ਸਟੋਰੀਜ਼ ਨੇ। ਸੋ ਬੱਚਿਆਂ ਨੂੰ ਹਮੇਸ਼ਾ ਉਦਾਸ ਪਾਇਆ, ਮੈਨੂੰ ਲੱਗਦਾ ਕਿ NGOs ਦੇ ਜਾਣ ਨਾਲ, ਉਹਨਾਂ ਲਈ ਕੁਛ ਕਰਨ ਨਾਲ ਇਹ ਹੀਣ ਭਾਵਨਾ ਨਹੀਂ ਪੈਦਾ ਹੁੰਦੀ, ਉਲਟਾ ਉਹ ਹੋਰ ਖੁਸ਼ ਹੁੰਦੇ ਨੇ, ਉਹਨਾਂ ਨੂੰ ਵਧੀਆ ਫੀਲ ਹੁੰਦਾ ਕਿ ਸਾਡੇ ਪਿੰਡ, ਸਾਡੇ ਛੋਟੇ ਜਿਹੇ ਪਿੰਡ ਜਿੱਥੇ ਕਦੀ ਵੀ ਕੋਈ ਸੰਸਥਾ ਨਹੀਂ ਆਈ, ਜਿੱਥੇ ਲੋਕਲ ਪੰਚਾਇਤ ਨੇ ਨਹੀਂ ਕਦੀ ਕੁਛ ਕੀਤਾ, ਜਿੱਥੇ ਸਰਕਾਰ ਨੇ ਨਹੀਂ ਕਦੀ ਕੁਛ ਕੀਤਾ, ਉੱਥੇ 200-300 ਕਿਲੋਮੀਟਰ ਤੋਂ ਚੱਲ ਕੇ ਕੋਈ ਸਾਡੀ ਮਦਦ ਕਰਨ ਆਇਆ, ਸਾਨੂੰ ਕੋਈ ਹੈਲਪ ਕਰਨ ਆਇਆ। ਸੋ ਜ਼ਮੀਨੀ ਪੱਧਰ 'ਤੇ ਜੇ ਤੁਸੀਂ ਕਦੀ ਕੰਮ ਕੀਤਾ ਹੋਵੇ, ਇਹ ਨੋਟਿਸ ਬਣਾਉਣ ਵਾਲਿਆਂ ਨੂੰ ਮੈਂ ਕਹਿ ਰਹੀ ਕਿ ਜੇ ਤੁਸੀਂ ਜ਼ਮੀਨੀ ਪੱਧਰ 'ਤੇ ਕਦੀ ਕੋਈ ਕੰਮ ਕੀਤਾ ਹੋਵੇ, ਕਦੀ ਕਿਸੇ ਸਕੂਲ 'ਚ ਤੁਸੀਂ ਗਏ ਹੋ, ਵਾਕਈ ਤੁਸੀਂ ਜਿੱਦਾਂ ਜਾਣੀਆਂ ਚਾਹਲ 'ਚ ਮੈਂ ਇੱਕ ਕੁੜੀ ਵੇਖੀ ਜਿਹਦੇ ਵਿੱਚ ਪੈਰ 'ਚ ਉਹਦੇ ਕੱਚ ਵੱਜਿਆ ਸੀ, ਤਾਂ ਵੀ ਉਹਦੇ ਕੋਲ ਚੱਪਲ ਨਹੀਂ ਸੀ ਹੈਗੀ, ਲਹੂ ਲੁਹਾਣ ਬੱਚਿਆਂ ਨੂੰ ਜਦੋਂ ਤੁਸੀਂ ਸਾਹਮਣੇ ਵੇਖਿਆ ਹੋਵੇ, ਵਾਕਈ ਤੁਸੀਂ ਖੁਦ ਜਦੋਂ ਤੁਸੀਂ ਕਿਸੇ ਨੂੰ ਇੰਨਾ ਕਲੋਜ਼ਲੀ ਵੇਖੋ,
ਇੱਥੇ ਬਾਰਡਰ ਏਰੀਆ ਤੇ ਅਸੀਂ ਇੱਕ ਸਕੂਲ ਬੱਲੜਵਾਲ ਸਕੂਲ ਕਵਰ ਕੀਤਾ ਸਰਦੀ ਦੇ ਵਿੱਚ ਬੱਚੇ ਨੇ ਉੱਪਰ ਕੋਟੀ ਪਾਈ ਤੇ ਨੰਗੇ ਪੈਰੀ ਉਹ ਕੁੜੀ ਸਕੂਲ ਆਈ ਜਦੋਂ ਤੁਸੀਂ ਜ਼ਮੀਨੀ ਪੱਧਰ ਤੇ ਕੰਮ ਕੀਤਾ ਹੋਵੇ ਵਾਕਈ ਦਰਦ ਵੇਖਿਆ ਹੋਵੇ ਤੇ ਮੈਂ ਦਾਅਵਾ ਕਰਦੀ ਕਿ ਤੁਸੀਂ ਕਦੀ ਇਹੋ ਜਿਹਾ ਨੋਟਿਸ ਬਣਾ ਹੀ ਨਹੀਂ ਸਕਦੇ ਤੁਹਾਨੂੰ ਕਦੀ ਜੇ ਦਫ਼ਤਰ 'ਚ ਬਹਿ ਕੇ ਚਾਹਵਾਂ ਪੀ ਕੇ ਲੋਕਾਂ ਦਾ ਮਜ਼ਾਕ ਉਡਾ ਕੇ ਜਾਂ ਤੁਸੀਂ ਆਪਣਾ ਇੰਜੋਏ ਕਰਕੇ ਆਪਣੀਆਂ ਲੱਖਾਂ ਤਨਖਾਹਾਂ ਲੈ ਕੇ ਇਹੋ ਜਿਹੇ ਨੋਟਿਸ ਬਣਾਉਣੇ ਬਹੁਤ ਸੌਖੇ ਨੇ 10 ਦਿਨ ਤੁਸੀਂ ਮੇਰੇ ਨਾਲ ਕੰਮ ਕਰੋ 10 ਦਿਨ ਤੁਸੀਂ ਕਿਸੇ ਵੀ ਐਨ ਜੀ ਓ ਦੇ ਨਾਮ ਨਾਲ ਕੰਮ ਕਰੋ ਜਿਹੜੀ ਜ਼ਮੀਨੀ ਪੱਧਰ 'ਤੇ ਲੱਗੀ ਹੋਈ ਆ ਤੁਹਾਨੂੰ ਸ਼ਰਮ ਆ ਜਾਏ ਕਿ ਤੁਸੀਂ ਇਹੋ ਜਿਹਾ ਨੋਟਿਸ ਜਿਹੜਾ ਤੁਸੀਂ ਭੇਜਿਆ ਸੋ ਅੱਗੇ ਸਿਸਟਮ ਨੂੰ ਮੇਰੇ ਕੁਝ ਸਵਾਲ ਨੇ ਸੋ ਮੈਨੂੰ ਮੈਂ ਚਾਹੁੰਦੀ ਕਿ ਤੁਸੀਂ ਇਹ ਸਵਾਲਾਂ ਦੇ ਜਿਹੜੇ ਸਾਨੂੰ ਜਵਾਬ ਭੇਜੋ ਕਦੀ ਵੀ ਕਿਸੇ ਮੁੱਦੇ ਨੂੰ ਮੈਂ ਨਹੀਂ ਬੋਲਿਆ ਬਟ ਇਹ ਮੁੱਦਾ ਜਿਹੜਾ ਬਹੁਤ ਇੰਪੋਰਟੈਂਟ ਆ ਕਿਉਂਕਿ ਇਹ ਉਹਨਾਂ ਬੱਚਿਆਂ ਦਾ ਮੁੱਦਾ ਜਿਹੜੇ ਵੋਟ ਨਹੀਂ ਪਾ ਸਕਦੇ ਇਹ ਉਹਨਾਂ ਬੱਚਿਆਂ ਦਾ ਮੁੱਦਾ ਵਾ ਜਿੱਥੇ ਸਰਕਾਰ ਪੈਸੇ ਨਹੀਂ ਖਰਚਦੀ ਉੱਥੇ ਵੇਸਟ ਹੁੰਦੇ ਨੇ ਉਹਨਾਂ ਦੇ ਪੈਸੇ ਤੇ ਜਦੋਂ ਉੱਥੋਂ ਜਿਹੜੀ ਅਸਲੀਅਤ ਸਾਹਮਣੇ ਆਉਂਦੀ ਨੇ ਤੇ ਸਾਰਿਆਂ ਨੂੰ ਜਿਹੜਾ ਉਹ ਦਰਦ ਹੁੰਦਾ ਕਿ ਅੱਛਾ ਇੱਥੋਂ ਸਾਡੇ ਲੂਪ ਹੋਲ ਸਾਹਮਣੇ ਆ ਰਹੇ ਨੇ ਇੱਥੋਂ ਸਾਡਾ ਜਿਹੜਾ ਸਭ ਕੁਝ ਲੋਕਾਂ ਨੂੰ ਜਿਹੜਾ ਉਹ ਪਤਾ ਲੱਗ ਰਿਹਾ ਸੋ ਇਸ ਕਰਕੇ ਇਹਨਾਂ ਬੱਚਿਆਂ ਦੇ ਖਾਤਰ ਮੇਰੇ ਤੁਹਾਨੂੰ ਸਵਾਲ ਨੇ ਕਿ ਤੁਸੀਂ ਇਸ ਰੂਲ ਨੂੰ ਲਾਗੂ ਕਰਨ ਲਈ ਕਿ ਤੁਸੀਂ ਕਵਰੇਜ ਨਹੀਂ ਕਰ ਸਕਦੇ ਤੁਸੀਂ ਫੋਟੋ ਨਹੀਂ ਖਿੱਚ ਸਕਦੇ ਤੁਸੀਂ ਲਾਈਵ ਵੀਡੀਓ ਨਹੀਂ ਬਣਾ ਸਕਦੇ ਇਸ ਰੂਲ ਨੂੰ ਲਾਗੂ ਕਰਨ ਲਈ ਤੁਸੀਂ ਸਰਕਾਰੀ ਸਕੂਲਾਂ ਨੂੰ ਕਿਉਂ ਚੁਣਿਆ ਤੁਸੀਂ ਹੋਰ ਵੀ ਕਿਸੇ ਨੂੰ ਚੁਣ ਤੁਸੀਂ ਹਸਪਤਾਲਾਂ ਨੂੰ ਚੁਣ ਸਕਦੇ ਸੀ ਤੁਸੀਂ ਨਾਰਮਲ ਪਬਲਿਕ ਨੂੰ ਚੁਣ ਸਕਦੇ ਸੀ ਤੁਸੀਂ ਪੂਰੇ ਦੇ ਪੂਰੇ ਇੰਡੀਆ ਨੂੰ ਚੁਣੋ ਹਰ ਏਜ ਗਰੁੱਪ ਨੂੰ ਚੁਣੋ ਤੁਸੀਂ ਇਹਨਾਂ ਨੂੰ ਹੀ ਕਿਉਂ ਚੁਣਿਆ ਤੁਸੀਂ ਸਰਕਾਰੀ ਸਕੂਲਾਂ ਦਾ ਜਿਹੜਾ ਉਹ ਇੰਨਾ ਜ਼ਿਆਦਾ ਇਸ ਵਕਤ ਇੰਨਾ ਬੁਰਾ ਹਾਲ ਆ ਸਰਕਾਰੀ ਸਕੂਲਾਂ ਦਾ ਕਿਸੇ ਸਕੂਲ ਦੀ ਛੱਤ ਡਿੱਗ ਰਹੀ ਆ ਕਿਸੇ ਸਕੂਲ ਦੇ ਵਿੱਚ ਪੀਣ ਵਾਲਾ ਪਾਣੀ ਹੈ ਨਹੀਂ ਵਾਸ਼ਰੂਮ ਨਹੀਂ ਹੈ ਨਹੀਂ ਬੜਾ ਕੁਛ ਨਹੀਂ ਹੈਗਾ ਡਿਪਾਰਟਮੈਂਟ ਆਫ ਐਜੂਕੇਸ਼ਨ ਦਾ ਫੇਸਬੁੱਕ 'ਤੇ ਪੇਜ ਬਣਿਆ ਹੈ ਕ੍ਰਿਸ਼ਨ ਕੁਮਾਰ ਜੀ ਦਾ ਖੁਦ ਦਾ ਪੇਜ ਆ ਖੁਦ ਦੀ ਪ੍ਰੋਫਾਈਲ ਆ ਤੁਸੀਂ ਹਮੇਸ਼ਾ ਚੰਗਾ ਸਕੂਲ ਹੀ ਕਿਉਂ ਦਿਖਾਉਂਦੇ ਹੋ ਤੁਸੀਂ ਲੋਕਾਂ ਨੂੰ ਬੇਵਕੂਫ਼ ਕਿਉਂ ਬਣਾ ਰਹੇ ਹੋ ਕਿ ਸਾਡੇ ਸਕੂਲ ਬਹੁਤ ਵਧੀਆ ਨੇ ਤੁਸੀਂ ਕੱਲ੍ਹ ਆਓ ਮੇਰੇ ਨਾਲ ਮੈਂ ਤੁਹਾਨੂੰ ਲੈ ਕੇ ਜਾਂਦੀ ਇਕੱਲੇ ਇਕੱਲੇ ਸਕੂਲ ਦੇ ਵਿੱਚ ਜਿਹਦੇ ਵਿੱਚ ਬੁਰੇ ਹਾਲ ਨੇ ਤੁਹਾਡੀਆਂ ਅਨਸੇਫ ਬਿਲਡਿੰਗਸ ਨੇ ਜਿਹਦੇ ਵਿੱਚ ਬੱਚੇ ਅੱਜ ਵੀ ਨੰਗੇ ਪੈਰੀ ਆ ਰਹੇ ਨੇ ਬੱਚੇ ਬਿਮਾਰੀਆਂ ਨਾਲ ਘਿਰੇ ਪਏ ਨੇ ਕਿਸੇ ਦੀ ਕਿਡਨੀ ਖਰਾਬ ਆ ਮੈਂ ਕੱਲ੍ਹ ਹੀ ਇੱਕ ਸਟੋਰੀ ਪਾਈ ਹੈ ਕਿਸੇ ਨੂੰ ਇੱਥੋਂ ਤੱਕ ਬਿਮਾਰੀਆਂ ਨੇ ਕਿ ਮੈਂ ਨਾਮ ਨਹੀਂ ਲੈ ਸਕਦੀ ਉਹਨਾਂ ਦਾ ਇੰਨੀਆਂ ਲਾਈਵ ਵੀਡੀਓਜ਼ ਤੁਸੀਂ ਸਾਹਮਣੇ ਵੇਖਦੇ ਹੋ ਜਿਹਦੇ ਵਿੱਚ ਬੱਚਾ ਨੰਗੇ ਪੈਰੀ ਆਇਆ ਫਟੇ ਕੱਪੜੇ ਪਾਏ ਨੇ ਕੁੜੀਆਂ ਨੇ ਫਟੀਆਂ ਸਲਵਾਰਾਂ ਪਾਈਆਂ ਨੇ ਤੁਸੀਂ ਉਸ ਚੀਜ਼ ਨੂੰ ਦੇਖੋ ਤੁਸੀਂ ਪਲੀਜ਼ ਹਜ਼ਾਰਾਂ ਦੇ ਵਿੱਚੋਂ 10, 20, 50, 100 ਸਕੂਲ ਚੁਣ ਕੇ ਪੂਰੇ ਪੰਜਾਬ ਨੂੰ ਤੁਸੀਂ ਬੇਵਕੂਫ ਨਾ ਬਣਾਓ ਕਿ ਸਾਡੇ ਸਕੂਲ ਬਹੁਤ ਵਧੀਆ ਨੇ ਜੇ ਤੁਸੀਂ ਵਾਕਈ ਕੰਮ ਕਰਨਾ ਚਾਹੁੰਦੇ ਜੇ ਵਾਕਈ ਤੁਸੀਂ ਕੁਛ ਚਾਹੁੰਦੇ ਜੇ ਬੱਚਿਆਂ ਲਈ ਕਰਨਾ ਜਾਂ ਆਪਣੇ ਡਿਪਾਰਟਮੈਂਟ ਨੂੰ ਹਾਈਲਾਈਟ ਕਰਨਾ ਚਾਹੁੰਦੇ ਜੇ ਮੈਂ ਤੁਹਾਨੂੰ ਕਹਿੰਦੀ ਕਿ ਸੂਬੇ ਦਾ ਜ਼ਿਲ੍ਹੇ ਦਾ ਸਭ ਤੋਂ ਮਾੜਾ ਸਕੂਲ ਤੁਸੀਂ ਦਿਖਾ ਕੇ ਦਿਖਾਓ ਕਿ ਇਹਦੇ ਲਈ ਅਸੀਂ ਇਹ ਕਰ ਰਹੇ ਇਸ ਸਕੂਲ ਦੀ ਬੜੀ ਮਾੜੀ ਹਾਲਤ ਹੈ ਸੋ ਲੋਕਾਂ ਨੂੰ ਜਿਹੜਾ ਬੇਵਕੂਫ਼ ਬਣਾਉਣਾ ਆਈ ਥਿੰਕ ਬੰਦ ਕਰਨਾ ਚਾਹੀਦਾ ਤੇ ਲਾਸਟ 3-4 ਸਾਲ ਦਾ ਮੇਰਾ ਜੋ ਐਕਸਪੀਰੀਅੰਸ ਆ ਅੱਜ ਮੈਂ ਵੀ ਚਾਹੁੰਦੀ ਕਿ ਮੈਂ ਉਹਨੂੰ ਸ਼ੇਅਰ ਕਰਾਂ ਮੈਂ ਖੁਦ ਸਰਕਾਰੀ ਸਕੂਲਾਂ ਨੂੰ ਇੰਨੇ ਸਰਕਾਰੀ ਆਲਮੋਸਟ 350 ਸਰਕਾਰੀ ਸਕੂਲਾਂ ਨੂੰ ਆਪਣੇ ਅੱਖੀਂ ਵੇਖਿਆ ਜ਼ਮੀਨ ਪੱਧਰ 'ਤੇ ਜਾ ਕੇ ਦੇਖਿਆ ਛੋਟੇ ਛੋਟੇ ਪਿੰਡਾਂ 'ਚ ਜਾ ਕੇ ਵੇਖਿਆ ਤੁਸੀਂ ਕਿੱਦਾਂ ਚੈਲੇਂਜ ਕਰ ਸਕਦੇ ਹੋ ਕਿੱਦਾਂ ਦੱਸ ਸਕਦੇ ਹੋ ਪੂਰੇ ਹੀ ਪੰਜਾਬ ਨੂੰ ਕਿ ਤੁਸੀਂ ਵਧੀਆ ਸਕੂਲ ਨੇ ਤੁਹਾਡੇ ਤੁਸੀਂ ਜਿਹੜੀਆਂ ਵਧੀਆ ਸੋਹਣੀਆਂ ਸੋਹਣੀਆਂ ਫੋਟੋਆਂ ਮੈਂ ਉਹਨੂੰ ਬੰਦ ਕਰੋ ਪਾਉਣੀਆਂ ਜੇ ਪਾਉਣੀਆਂ ਨੇ ਤਾਂ ਅਗਲੇ ਦਿਨ ਤੁਸੀਂ ਸਭ ਤੋਂ ਮਾੜਾ ਸਕੂਲ ਵੀ ਦਿਖਾਇਆ ਕਰੋ ਕਿ ਆਹ ਵੀ ਸਾਡੇ ਪੰਜਾਬ ਦੇ ਸਕੂਲਾਂ ਦੀ ਹਾਲਤ ਆ ਸੋ ਨੋਟਿਸ 'ਚ ਤੁਸੀਂ ਲਿਖਿਆ ਹੈ ਕਿ ਫੋਟੋ ਨਾ ਪਾਓ ਇਹ ਹੁਣ ਮੈਂ ਤੁਹਾਨੂੰ ਸਵਾਲ ਕਰ ਰਹੀ ਕਿ ਨੋਟਿਸ 'ਚ ਲਿਖਿਆ ਤੁਸੀਂ ਕਿ ਫੋਟੋ ਨਾ ਪਾਓ ਤੁਸੀਂ ਫੋਟੋ ਅਖਬਾਰ ਦਿਓ ਤੁਸੀਂ ਫੋਟੋ ਇੱਥੇ ਨਾ ਦਿਓ ਉੱਥੇ ਨਾ ਦਿਓ ਪਹਿਲਾਂ ਤਾਂ ਗੱਲ ਕਿ ਕੋਈ ਵੀ ਅਖਬਾਰ ਵਾਲਾ ਮੈਨੂੰ ਆ ਕੇ ਕਦੀ ਕਵੇ ਕਿ ਮੈਡਮ ਤੁਹਾਡਾ ਫੋਨ ਆਇਆ ਸੀ ਤੇ ਤੁਹਾਡੀ ਅਸੀਂ ਫੋਟੋ ਜਾਂ ਅਖਬਾਰ 'ਚ ਖਬਰ ਲਵਾਈ ਆ ਜਦੋਂ ਵੀ ਅੱਜ ਤੱਕ ਮੈਨੂੰ ਕਿਸੇ ਨੇ ਕਿਹਾ ਮੈਂ ਹਮੇਸ਼ਾ ਕਿਹਾ ਕਿ ਮੈਂ ਆਪਣੇ ਪੇਜ 'ਤੇ ਪਾਵਾਂਗੀ ਤੇ ਤੁਸੀਂ ਮੈਨੂੰ ਕੋਈ ਲੋੜ ਨਹੀਂ ਆ ਨਿਊਜ਼ ਦੀ ਜਾਂ ਕੋਈ ਸਾਨੂੰ ਇਸ ਚੀਜ਼ ਦੀ ਲੋੜ ਨਹੀਂ ਇਹ ਤੁਹਾਡਾ ਵਹਿਮ ਆ ਕਿ ਅਸੀਂ ਕੋਈ ਮਸ਼ਹੂਰੀ ਲਈ ਜਾਂ ਅਖਬਾਰਾਂ 'ਚ ਆਪਣੀਆਂ ਫੋਟੋਆਂ ਲਈ ਕਰਦੇ ਅਸੀਂ ਇਸ ਲਈ ਨਹੀਂ ਕਰਦੇ ਤੁਹਾਡਾ ਕੋਈ ਮੀਟਿੰਗ ਹੋਵੇ ਕੋਈ ਫੰਕਸ਼ਨ ਹੋਵੇ ਕੋਈ ਤੁਸੀਂ ਗਲੀ 'ਚੋਂ ਲਿਫਾਫਾ ਵੀ ਚੁੱਕਣਾ ਹੋਵੇ ਮੈਂ ਕਹਾਂਗੀ ਕਿ ਤੁਹਾਡੇ ਪੱਤਰਕਾਰ ਪਹਿਲਾਂ ਪਹੁੰਚ ਜਾਂਦੇ ਨੇ ਠੀਕ ਹੈ ਮਤਲਬ ਮੈਂ ਖੁਦ ਆਪਣੇ ਅੱਖੀਂ ਵੇਖਿਆ ਕਿ ਹਜੇ ਬੰਦਾ ਨਹੀਂ ਆਇਆ ਹੁੰਦਾ MP MLA ਨਹੀਂ ਪਹੁੰਚਿਆ ਹੁੰਦਾ ਤੇ ਸਾਰੇ ਪੱਤਰਕਾਰ ਮੀਡੀਆ ਪਹਿਲਾਂ ਪਹੁੰਚ ਜਾਂਦੇ ਨੇ ਉਦੋਂ ਤੁਸੀਂ ਕਿਉਂ ਇੰਨੀ ਮਸ਼ਹੂਰੀ ਕਰਦੇ ਜੇ ਉਦੋਂ ਤੁਸੀਂ ਕਿਉਂ ਇੱਦਾਂ ਕਰਦੇ ਕੁੜੀਆਂ ਨੂੰ ਸਾਈਕਲ ਦੇਣ ਵਕਤ ਤੁਸੀਂ ਇਕੱਲੀ ਇਕੱਲੀ ਕੁੜੀ ਨਾਲ ਫੋਟੋ ਖਿੱਚ ਕੇ ਪਾਉਂਦੇ ਜੇ ਸਾਈਕਲ ਦੇ ਉੱਤੇ ਆਪਣੀਆਂ ਫੋਟੋਆਂ ਵੀ ਲਾ ਲੈਂਦੇ ਜੇ
ਉਦੋਂ ਤੁਹਾਡੀ ਹੀਨ ਭਾਵਨਾ ਕਿੱਥੇ ਜਾਂਦੀ ਕਿ ਕੁੜੀਆਂ ਦੀ ਕੋਈ ਰਿਸਪੈਕਟ ਨਹੀਂ ਹੈ ਉਹ ਦਿਖਾਉਂਦੇ ਨਹੀਂ ਤੁਹਾਡੀਆਂ ਫੋਟੋਆਂ 'ਚ ਦਿਖਦਾ ਨਹੀਂ ਕਿ ਇਹ ਆਮ ਘਰ ਦੀ ਕੁੜੀ ਹੈ ਤੈਨੂੰ ਸਪੈਸ਼ਲ ਹੈਲਪ ਹੋ ਰਹੀ ਆ ਜੇ ਤੁਹਾਨੂੰ ਇੰਨਾ ਹੀ ਜ਼ਿਆਦਾ ਪਰਵਾਹ ਹੈ ਇੰਨੀ ਜ਼ਿਆਦਾ ਤੁਹਾਨੂੰ ਦਰਦ ਆ ਇੰਨੀ ਪੀੜ ਆ ਤੇ ਉਹਨਾਂ ਦੇ ਘਰ ਜਾ ਕੇ ਸਾਈਕਲ ਦੇ ਕੇ ਆਇਆ ਕਰੋ ਤੇ ਨੋਟ ਵੀ ਨਾ ਕਰਿਆ ਕਰੋ ਨੀਲੇ ਪੀਲੇ ਕਾਰਡ ਬਣਾਉਣ ਲੱਗਿਆਂ ਤੁਹਾਡੀ ਹੀਨ ਭਾਵਨਾ ਨਹੀਂ ਜਾਗਦੀ ਸਕੂਲ 'ਚ ਬੱਚਿਆਂ ਨੂੰ ਮਦਦ ਕਰਨ ਲੱਗਿਆਂ ਅੱਜ ਤੁਹਾਡੀ ਹੀਨ ਭਾਵਨਾ ਜਿਹੜੀ ਆ ਜਾਗ ਰਹੀ ਤੇ ਤੁਸੀਂ ਚੁੱਪ ਚਾਪ ਕਰਕੇ ਇਹ ਨੋਟਿਸ ਭੇਜ ਕੇ ਸਾਡਾ ਮਜ਼ਾਕ ਬਣਾ ਰਹੇ ਹੋ ਐਨਜੀਓਜ਼ ਦਾ ਮਜ਼ਾਕ ਬਣਾ ਰਹੇ ਹੋ ਦੀਵਾਲੀ ਵਾਲੇ ਦਿਨ ਇੱਕ ਦੋ ਦਿਨ ਪਹਿਲਾਂ ਵੀ ਦੀਵਾਲੀ ਵਾਲੇ ਦਿਨ ਵੀ ਵੱਡੇ ਵੱਡੇ ਨੋਨ ਲੀਡਰਸ ਜਾਣੇ ਪਹਿਚਾਣੇ ਪੰਜਾਬ ਦੇ ਚਿਹਰੇ ਛੋਟੇ ਛੋਟੇ ਬੱਚਿਆਂ ਤੋਂ ਦੀਵੇ ਖਰੀਦਦੇ ਵੇਖੇ ਗਏ ਕਿ ਆਹ ਦੇਖੋ ਸਾਡਾ ਲੀਡਰ ਛੋਟੇ ਜਿਹੇ ਬੱਚੀ ਤੋਂ ਦੀਵੇ ਖਰੀਦ ਰਿਹਾ ਕਿ ਉਹਦੀ ਇਨਕਮ ਵਧੇਗੀ ਉਦੋਂ ਤੁਹਾਡੀ ਹੀਨ ਭਾਵਨਾ ਕਿੱਥੇ ਗਈ ਕਿ ਮੈਂ 16 ਸਾਲ ਦੀ 13 ਸਾਲ ਦੀ ਛੋਟੀ ਬੱਚੀ ਤੋਂ ਦੀਵੇ ਖਰੀਦ ਕੇ ਤੇ ਫੋਟੋ ਜਿਹੜੇ ਮੇਰੇ ਵਾਲੰਟੀਅਰਸ ਆ ਉਹ ਇੰਟਰਨੈਟ ਤੇ ਪਾ ਰਹੇ ਨੇ ਜਦੋਂ ਬੱਚੇ ਲੇਬਰ ਕਰਦੇ ਨੇ ਇੱਟਾਂ ਤੱਕ ਚੁੱਕਦੇ ਨੇ ਸਵੇਰੇ ਇੰਨਾ ਆਪਾਂ ਉੱਠਦੇ ਹਾਂ ਤੇ ਕੂੜਾ ਇੰਨਾ ਚੁੱਕਦੇ ਨੇ ਉਦੋਂ ਤੁਹਾਡੀ ਹੀਨ ਭਾਵਨਾ ਕਿੱਥੇ ਜਾਂਦੀ ਜਦੋਂ ਤੁਸੀਂ ਪੇਡ ਐਡਵਰਟੀਜ਼ਮੈਂਟ ਕਰਕੇ ਲੋਕਾਂ ਦੇ ਸਿਰ ਤੇ ਸਿਲੰਡਰ ਪੂਰਾ ਆਪਣਾ ਰੱਖ ਕੇ ਗੈਸ ਸਟੋਵ ਉਦੋਂ ਤੁਸੀਂ ਫੋਟੋਆਂ ਆਉਂਦੇ ਨੇ ਉਦੋਂ ਤੁਹਾਡੀ ਹੀਨ ਭਾਵਨਾ ਕਿੱਥੇ ਜਾਂਦੀ ਆ ਤੁਸੀਂ ਤੇ ਹਰ ਤਰ੍ਹਾਂ ਲੋਕਾਂ ਨੂੰ ਫੜਾ ਕੇ ਸਿਲੰਡਰ ਲੋਕਾਂ ਨੂੰ ਫੜਾ ਕੇ ਗੈਸ ਸਟੋਵ ਉਦੋਂ ਤੁਸੀਂ ਫੋਟੋ ਖਿਚਾਉਂਦੇ ਉਦੋਂ ਤੁਹਾਡੀ ਹੀਨ ਭਾਵਨਾ ਕਿੱਥੇ ਜਾਂਦੀ ਇਹ ਮੈਂ ਪੁੱਛਣਾ ਚਾਹੁੰਦੀ ਕਿ ਜਿੱਦਾਂ ਤੁਸੀਂ ਨੋਟਿਸ 'ਚ ਲਿਖਿਆ ਕਿ ਬੱਚਿਆਂ ਦੀ ਫੋਟੋ ਨਹੀਂ ਆਉਣੀ ਚਾਹੀਦੀ ਕਿ ਇੱਕ 15 ਸਾਲ ਦੇ ਬੱਚੇ ਦੀ 16 ਸਾਲ ਦੇ ਬੱਚੇ ਦੀ ਇੱਜ਼ਤ 92 ਸਾਲ ਦੇ ਬਜ਼ੁਰਗ ਨਾਲੋਂ ਜ਼ਿਆਦਾ ਆ ਜੇ ਫੋਟੋ ਛੋਟੇ ਬੱਚੇ ਦੀ ਨਹੀਂ ਆਉਣੀ ਚਾਹੀਦੀ ਨਾ ਫੋਟੋ ਕਿਸੇ ਦੀ ਵੀ ਨਹੀਂ ਆਉਣੀ ਚਾਹੀਦੀ ਫੋਟੋ ਫੋਟੋ ਸਾਨੂੰ ਅਸੀਂ ਕਿਉਂ ਫਰਕ ਕਰੀਏ ਕਿਸੇ ਵੀ ਤਰ੍ਹਾਂ ਦੀ ਉਮਰ ਦੇ ਹਿਸਾਬ ਨਾਲ ਜਿਹੜਾ ਵਾ ਉਹ ਬੈਨ ਲਾਉਣਾ ਠੀਕ ਨਹੀਂ ਜੇ ਤੁਹਾਨੂੰ ਵਾਕਈ ਬੜੀ ਰੱਖਿਆ ਤੁਹਾਡੇ ਮਨ 'ਚ ਕਿ ਬੜਾ ਸੇਫਟੀ ਇਸ਼ੂ ਆ ਬੜੀ ਡਿਗਨਿਟੀ ਇਸ਼ੂ ਆ ਦੇ ਵਿੱਚ ਤੇ ਹਰ ਕੋਈ ਬੰਦਾ ਜਿਹੜਾ ਕਿਸੇ ਦੀ ਮਦਦ ਕਰ ਰਿਹਾ ਭਾਵੇਂ ਉਹ ਕਿਸੇ ਵੀ ਉਮਰ ਦਾ ਹੋਵੇ ਭਾਵੇਂ ਉਹ ਲੇਡੀਜ਼ ਹੋਵੇ ਜੈਂਟਸ ਹੋਵੇ ਬੱਚਾ ਹੋਵੇ ਬੱਚੀ ਹੋਵੇ ਹਰ ਇੱਕ ਦੀ ਫੋਟੋ ਤੇ ਤੁਸੀਂ ਬੈਨ ਲਾਓ ਹਰ ਇੱਕ ਦੀ ਫੋਟੋ ਤੇ ਕਿਉਂਕਿ ਸਾਡੀਆਂ ਨਜ਼ਰਾਂ ਦੇ ਵਿੱਚ ਇਨਸਾਨੀਅਤ ਦੇ ਹਿਸਾਬ ਨਾਲ ਹਰ ਇੱਕ ਦੀ ਇੱਜ਼ਤ ਇਕੁਅਲ ਆ ਕੋਈ 16 ਸਾਲ ਦੀ ਬੱਚੀ ਦੀ ਇੱਜ਼ਤ ਜ਼ਿਆਦਾ ਨਹੀਂ ਆ 92 ਸਾਲ ਦੇ ਕਿਸੇ ਬਜ਼ੁਰਗ ਨਾਲੋਂ ਸੋ ਜਦੋਂ ਕੋਈ ਸੜਕ ਤੇ ਤੜਫ ਰਿਹਾ ਹੁੰਦਾ ਹੈ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਵਾ ਕੋਈ ਨੰਗਾ ਘੁੰਮ ਰਿਹਾ ਹੈ ਜਦੋਂ ਤੁਸੀਂ ਇੰਨੀਆਂ ਵਧੀਆ ਵਧੀਆ ਐਨਜੀਓਜ਼ ਦਾ ਕੰਮ ਦੇਖਦੇ ਨੇ ਜਿਹੜੇ ਕੀੜੇ 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 ਪਏ ਲੋਕਾਂ ਨੂੰ ਚੁੱਕਦੀਆਂ ਨੇ ਉਦੋਂ ਤੁਹਾਡੀ ਹੀਨ ਭਾਵਨਾ ਕਿੱਥੇ ਜਾਂਦੀ ਜਦੋਂ ਐਨਜੀਓਜ਼ ਹਸਪੀਟਲਸ ਦੇ ਬਾਹਰ ਹੱਥ ਜੋੜ ਜੋੜ ਕੇ ਤਰਲੇ ਲੋਕਾਂ ਦੇ ਕੱਢਦੇ ਕਿ ਇਹਨਾਂ ਨੂੰ 100 ਰੁਪਏ ਦੀ ਹੈਲਪ ਕਰ ਦਿਓ ਉਦੋਂ ਤੁਹਾਡੀ ਹੀਨ ਭਾਵਨਾ ਕਿੱਥੇ ਜਾਂਦੀ ਉਦੋਂ ਤੁਹਾਡਾ ਇਹ ਡਿਪਾਰਟਮੈਂਟ ਜਿਹੜਾ ਚਾਈਲਡ ਕੇਅਰ ਡਿਪਾਰਟਮੈਂਟ ਆ ਜਿਹੜੇ ਵੀ ਡਿਪਾਰਟਮੈਂਟਾਂ ਦਾ ਇਹਦੇ ਵਿੱਚ ਨਾਮ ਆ ਹਿੱਲ ਕੇ ਤੁਸੀਂ ਕਿਉਂ ਨਹੀਂ ਆਉਂਦੇ ਉਦੋਂ ਹਸਪਤਾਲਾਂ ਤੱਕ ਉੱਥੇ ਬਹਿ ਕੇ ਕੰਪਿਊਟਰ 'ਤੇ ਨੋਟਿਸ ਭੇਜ ਕੇ ਵਟਸਐਪ 'ਤੇ ਤੁਸੀਂ ਭੇਜ ਦਿੰਦੇ ਹੋ ਉਦੋਂ ਜਦੋਂ ਲੋਕਾਂ ਦੀ ਅਸੀਂ ਮਦਦ ਕਰ ਰਹੇ ਹੁੰਦੇ ਹਾਂ ਜਦੋਂ ਉਹਨਾਂ ਦਾ ਤਮਾਸ਼ਾ ਲੱਗ ਰਿਹਾ ਹੁੰਦਾ ਉਦੋਂ ਤੁਹਾਡੀ ਹੀਨ ਭਾਵਨਾ ਕਿੱਥੇ ਜਾਂਦੀ ਉਦੋਂ ਤੁਸੀਂ ਸਾਹਮਣੇ ਆਓ ਉੱਥੇ ਤੁਸੀਂ ਹੈਲਪ ਕਰੋ ਤੁਹਾਡਾ ਕੰਮ ਇੱਥੇ ਪੇਜਾਂ ਦੇ ਉੱਪਰ ਨਹੀਂ ਹੈਗਾ ਤੁਹਾਡਾ ਕੰਮ ਜਿਹੜਾ ਉਹ ਜ਼ਮੀਨੀ ਪੱਧਰ 'ਤੇ ਆ ਉੱਥੇ ਆ ਕੇ ਤੁਸੀਂ ਕੰਮ ਕਰੋ ਇੰਨੀਆਂ ਵਧੀਆ ਐਨ ਜੀ ਓਜ਼ ਕੰਮ ਕਰਦੀਆਂ ਛੱਤ ਪਵਾ ਕੇ ਦੇ ਰਹੀਆਂ ਨੇ ਉਹ ਮਰੀਜ਼ਾਂ ਦੀ ਮਦਦ ਕਰ ਰਹੀਆਂ ਨੇ ਉਦੋਂ ਉਹਨਾਂ ਦੇ ਕੋਲ ਆ ਕੇ ਤੁਸੀਂ ਮਦਦ ਕਰੋ ਉਹਨਾਂ ਦੇ ਕੇਸਿਸ ਜਿਹੜੇ ਆ ਹੈਂਡਲ ਕਰਨ ਦੀ ਤੁਸੀਂ ਜਿਹੜੀ ਆ ਹੈਲਪ ਕਰੋ ਸੋ ਮੈਂ ਆਪਣੀ ਐਨ ਜੀ ਓ ਦੀ ਗੱਲ ਕਰਾਂਗੀ ਮੈਂ ਇਸ ਵੀਡੀਓ ਦੀ ਸਟਾਰਟਿੰਗ 'ਚ ਕਿਹਾ ਕਿ ਇਸ ਵੀਡੀਓ 'ਚ ਮੈਂ ਖੁਦ ਦੀ ਐਨ ਜੀ ਓ ਦੀ ਉਦਾਹਰਣ ਦੇਵਾਂਗੀ ਤਾਂ ਕਿ ਬਾਕੀ ਐਨ ਜੀ ਓਜ਼ ਦੇ ਬਿਹਾਫ 'ਤੇ ਵੀ ਮੈਂ ਕੁਝ ਕਹਿ ਸਕਾਂ ਸਾਡੀ ਐਨ ਜੀ ਓ ਦੇ ਵਿੱਚ ਹਰ ਇੱਕ ਕੈਂਪੇਨ 336 ਕੈਂਪੇਨ ਹੁਣ ਤੱਕ ਸਾਡੇ ਹੋਏ ਅਸੀਂ ਫਾਈਲ ਮੇਨਟੇਨ ਕੀਤੀਆਂ ਮੈਨੂੰ ਪਤਾ ਹੈ ਕਿ ਇਹ ਦਿਨ ਇੱਕ ਦਿਨ ਆਉਣਾ ਹੀ ਆ ਸੋ ਇਸੇ ਕਰਕੇ ਬਹੁਤ ਓਵਰ ਟ੍ਰਾਂਸਪੇਰੈਂਸੀ ਨਾਲ ਮੈਂ ਆਪਣਾ ਕੰਮ ਕੀਤਾ ਹਰ ਕੈਂਪੇਨ ਦੀ ਇੱਕ ਫਾਈਲ ਬਣੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਅਤੇ ਹਰ ਕੈਂਪੇਨ ਦੇ ਵਿੱਚ ਜਿਹੜਾ ਵਾ ਉਹ ਕੰਸੈਂਟ ਲੈਟਰ ਸਕੂਲ ਦੀ ਕਿ ਇੰਨੇ ਸ਼ੂਜ਼ ਗਏ ਨੇ ਪ੍ਰਿੰਸੀਪਲ ਦੀ ਥੱਲੇ ਪੂਰੀ ਸਟੈਂਪ ਆ ਪੂਰਾ ਰਿਕਾਰਡ ਆ ਹਰ ਬੱਚੇ ਦਾ ਨਾਮ ਆ ਉਹਦਾ ਸਾਈਜ਼ ਆ ਅਤੇ ਹਰ ਇੱਕ ਦੇ ਵਿੱਚ ਬੱਚਿਆਂ ਦੇ ਕੀ ਵਿਚਾਰ ਨੇ ਸ਼ੂਜ਼ ਲੈ ਕੇ ਉਹ ਲਿਖਵਾਏ ਗਏ ਨੇ ਕਿ ਬੱਚਿਓ ਜਦੋਂ ਤੁਹਾਨੂੰ ਸ਼ੂਜ਼ ਮਿਲੇ ਤੁਹਾਨੂੰ ਕਿੱਦਾਂ ਦਾ ਫੀਲ ਹੋਇਆ ਟੀਚਰਸ ਦੇ ਵਿਚਾਰ ਨੇ ਟੈਸਟੀਮੋਨੀਅਲਸ ਮੈਂ ਮੇਰੇ ਆਪਣੇ ਪੇਜ 'ਤੇ ਪਾਉਂਦੀ ਹਮੇਸ਼ਾ ਟੈਸਟੀਮੋਨੀਅਲਸ ਦਾ ਇਹਦੇ ਵਿੱਚ ਪੇਜ ਆ ਹਰ ਸਕੂਲ ਦੇ ਟੀਚਰਸ ਦੇ ਜਿਹੜੇ ਇਹਦੇ ਵਿੱਚ ਵਿਚਾਰ ਆ ਸੋ ਹਰ ਇੱਕ ਡੋਨਰ ਦੀ ਕਲੀਅਰ ਡਿਟੇਲ ਆ ਅੱਜ ਮੈਂ ਆਪਣੀ ਵੀਡੀਓ ਦੇ ਵਿੱਚ ਜਿਹੜਾ ਵੀ ਮੈਨੂੰ ਸੁਣ ਰਿਹਾ ਮੈਂ ਓਪਨ ਚੈਲੰਜ ਕਰਦੀ ਸਰਕਾਰ ਨੂੰ ਹਰ ਇੱਕ ਨੂੰ ਓਪਨ ਚੈਲੰਜ ਕਰਦੀ ਤੁਸੀਂ ਮੇਰੀ ਐਨ ਜੀ ਓ ਦਾ ਆਡਿਟ ਕਰਾਓ ਤੁਸੀਂ ਜੋ ਕਰਾਉਣਾ ਤੁਸੀਂ ਕਰਵਾਓ ਤੁਹਾਨੂੰ ਸ਼ਰਮ ਆ ਜਾਏਗੀ ਕਿ ਐਨ ਜੀ ਓਜ਼ ਕਿੱਦਾਂ ਕੰਮ ਕਰਦੀਆਂ ਨੇ ਤੁਹਾਨੂੰ ਲੱਗਦਾ ਉਹ ਮਸ਼ਹੂਰੀ ਕਰਦੀਆਂ ਨੇ ਤੁਹਾਨੂੰ ਲੱਗਦਾ ਸ਼ੋਹਰਤ ਭਾਲਦੀਆਂ ਨੇ ਤੁਹਾਨੂੰ ਲੱਗਦਾ ਉਹ ਲੋਕਾਂ ਦੇ ਪੈਸੇ ਲੈਂਦੀਆਂ ਨੇ ਤੁਸੀਂ ਮੇਰੀ ਐਨ ਜੀ ਓ ਦਾ
ਆਡਿਟ ਕਰੋ, ਅੱਜ ਕਰਵਾਓ, ਆਪਣੀ ਟੀਮ ਭੇਜੋ, ਤੁਸੀਂ ਸਾਰੀ ਐਨਜੀਓ ਦਾ ਆਡਿਟ ਕਰਵਾਓ, ਤੁਹਾਨੂੰ ਪਤਾ ਲੱਗੇ ਕਿਸੇ ਕਿੱਦਾਂ ਅਸੀਂ ਖੁਦ ਦਾ ਢਿੱਡ ਕੱਟ ਕੇ ਜਿਹੜਾ ਆਪਣਾ ਐਨਜੀਓ ਦਾ ਕੰਮ ਕਰਦੇ ਹਾਂ, ਕਿੱਦਾਂ ਅਸੀਂ ਲੋਕਾਂ ਦੀ ਮਦਦ ਕਰਦੇ, ਜਿਹੜੇ ਬੱਚਿਆਂ ਦੇ ਜਿਹੜੇ ਲੋਕਾਂ ਦੇ ਜਿਹੜੀ ਟੀਮ ਦੇ ਦਿਲੋਂ ਨਹੀਂ ਨਾ ਦੋਨੋਂ ਕਿਸੇ ਦੀ ਮਦਦ ਕਰਨੀ ਆ, ਉਹ ਐਨਜੀਓ ਚਲਾ ਹੀ ਨਹੀਂ ਸਕਦਾ। ਇਟਸ ਵੈਰੀ ਟਫ, ਕਿੰਨਾ ਔਖਾ ਕੰਮ ਆ। ਸੋ ਜੇ ਤੁਹਾਡੇ ਭੁਲੇਖੇ ਦੂਰ ਕਰਨ ਲਈ ਮੈਂ ਖੁਦ ਇੱਥੇ ਬੈਠੀ ਹਾਂ, ਸੋ ਓਪਨ ਚੈਲੰਜ ਮੇਰਾ ਤੁਹਾਨੂੰ ਕਿ ਤੁਸੀਂ ਆਡਿਟ ਕਰਾਓ ਐਨਜੀਓ ਦਾ, ਅਤੇ ਤੁਹਾਨੂੰ ਪਤਾ ਲੱਗੇ ਕਿ ਟ੍ਰਾਂਸਪੇਰੈਂਸੀ ਕਿੰਨੀ ਜ਼ਰੂਰੀ ਆ, ਤੁਹਾਨੂੰ ਪਤਾ ਲੱਗੇ ਕਿ ਜੇ ਇੱਥੋਂ ਤੱਕ ਮਿਸ਼ਨ ਪਹੁੰਚਿਆ, ਜੇ ਇੱਥੋਂ ਤੱਕ ਐਨਜੀਓਸ ਪਹੁੰਚੀਆਂ ਨੇ, ਪਿੰਗਲਵਾੜਾ ਪਹੁੰਚਿਆ ਜਾਂ ਹੋਰ ਵਧੀਆ ਤੋਂ ਵਧੀਆ ਐਨਜੀਓਸ ਪਹੁੰਚੀਆਂ ਨੇ, ਉਹਨਾਂ ਲਈ ਟ੍ਰਾਂਸਪੇਰੈਂਸੀ ਜਿਹੜੀ ਆ ਕਿੰਨੀ ਇੰਪੋਰਟੈਂਟ ਆ। ਟ੍ਰਾਂਸਪੇਰੈਂਸੀ ਨਹੀਂ ਹੋਏਗੀ ਤੇ ਜਿਵੇਂ ਹੋਰ ਸੰਸਥਾਵਾਂ ਨੇ ਜਿੱਥੇ ਹਿਡਨ ਡੋਨੇਸ਼ਨਸ ਜਾਂਦੀਆਂ ਨੇ ਤੇ ਕਦੀ ਵੀ ਕੰਮ ਜਿਹੜਾ ਨਹੀਂ ਹੋ ਸਕਦਾ, ਲੋਕੀ ਕਦੀ ਵਿਸ਼ਵਾਸ ਨਹੀਂ ਕਰਨਗੇ, ਉਹ ਕਦੀ ਤੁਹਾਡੀ ਮਦਦ ਨਹੀਂ ਕਰਨਗੇ। ਸੋ ਟ੍ਰਾਂਸਪੇਰੈਂਸੀ ਇਜ਼ ਵੈਰੀ ਵੈਰੀ ਇੰਪੋਰਟੈਂਟ ਟੂ ਟੇਕ ਐਨੀ ਮਿਸ਼ਨ ਫਰਦਰ। ਸੰਸਥਾ ਦੇ ਵਿੱਚ, ਹਰ ਸੰਸਥਾ 'ਚ, ਹਰ ਐਨ ਜੀ ਓ 'ਚ, ਭਾਵੇਂ ਕੋਈ ਵੀ ਐਨ ਜੀ ਓ ਆ, ਲਗਾਤਾਰ ਅਣਜਾਣ ਲੋਕ ਜੁੜਦੇ ਨੇ, ਐਨ ਆਰ ਆਈਜ਼ ਜੁੜਦੇ ਨੇ, ਜਿਹੜੇ ਕਿ ਦੂਰ ਬੈਠੇ ਜਿਹੜੇ ਆ ਉਹ ਸਾਨੂੰ ਵੇਖਦੇ ਨੇ ਅਤੇ ਉਹ ਟ੍ਰਾਂਸਪੇਰੈਂਸੀ ਚਾਹੁੰਦੇ ਨੇ, ਉਹ ਵੇਖਣਾ ਚਾਹੁੰਦੇ ਨੇ ਕਿ ਸਾਡੇ ਪੈਸੇ ਕਿੱਥੇ ਲੱਗੇ ਨੇ। ਸੋ ਇਗਜ਼ੈਂਪਲ, ਇਸੇ ਕਰਕੇ ਅਸੀਂ ਲਾਈਵ ਵੀਡੀਓ ਬਣਾਉਂਦੇ ਅਤੇ ਬਹੁਤ ਵਾਰ ਜਿਹੜੇ ਪੂਰੀ ਪੂਰੀ ਫੈਮਲੀ ਹੁੰਦੀ, ਕੈਨੇਡਾ ਬੈਠੀ, ਆਸਟ੍ਰੇਲੀਆ ਬੈਠੀ, ਯੂ ਐਸ ਬੈਠੀ, ਜਾਂ ਪੰਜਾਬ 'ਚ ਜਾਂ ਇੰਡੀਆ 'ਚ ਕਿਤੇ ਮੁੰਬਈ ਬੈਠੀ, ਪੂਰੀ ਪੂਰੀ ਫੈਮਲੀ ਸਾਡੇ ਨਾਲ ਲਾਈਵ ਜਿਹੜੀ ਉਹ ਵੀਡੀਓ ਦੇਖਦੀ, ਉਹ ਦੇਖਦੀ ਕਿ ਅੱਛਾ ਜਿਹੜਾ ਮੈਂ ਇਹ ਇਹਨੂੰ 20,000 ਭੇਜਿਆ, ਇੱਥੇ ਜਿਹੜਾ ਉਹ ਯੂਜ਼ ਹੋ ਰਿਹਾ। ਲਗਾਤਾਰ ਉਹ ਆਪਣੇ ਆਪਣੇ ਸਕੂਲਾਂ ਲਈ, ਐਨ ਆਰ ਆਈਜ਼ ਜਿਹੜਾ ਵਾ ਆਪਣੇ ਆਪਣੇ ਪਿੰਡਾਂ ਲਈ ਲਗਾਤਾਰ ਜਿਹੜੀ ਆ ਉਹ ਹੈਲਪ ਕਰਦੇ ਨੇ। ਅਤੇ ਜੇ ਇੱਕ ਮੇਰਾ ਇਹ ਮੈਂ ਕਹਿਣਾ ਚਾਹੁੰਦੀ ਕਿ ਜਦੋਂ ਅਸੀਂ ਸਪੋਜ਼ ਕੈਮਰਾ ਬੰਦ ਕਰਤਾ, ਅਸੀਂ ਸਕੂਲ ਦੇ ਵਿੱਚ ਬੱਚਿਆਂ ਦੀ ਫੋਟੋ ਨਹੀਂ ਲੈ ਰਹੇ, ਅਸੀਂ ਆਪਣਾ ਰਿਕਾਰਡ ਨਹੀਂ ਮੇਨਟੇਨ ਕਰ ਰਹੇ, ਠੀਕ ਹੈ, ਅਤੇ ਜਦੋਂ ਸਾਡਾ ਆਡਿਟ ਹੋਏਗਾ, ਸਪੋਜ਼ ਸਾਡਾ ਕੋਈ ਆਡਿਟ ਆ, ਅਤੇ ਉਦੋਂ ਤੁਸੀਂ ਤਾਂ ਇੱਥੋਂ ਤੱਕ ਜਾਓਗੇ ਕਿ ਅੱਛਾ ਤੁਸੀਂ 100 ਬੂਟ ਦਿੱਤੇ, ਕਿਹੜੇ ਸਕੂਲ ਨੂੰ ਦਿੱਤੇ, ਕਿਹੜੇ ਬੱਚੇ ਸੀ, ਜਦੋਂ ਤੁਸੀਂ ਸਾਨੂੰ ਤੰਗ ਕਰਨ ਵਾਰੀ ਆਉਣਾ, ਉਦੋਂ ਤੇ ਤੁਹਾਨੂੰ ਕੱਲੀ ਕੱਲੀ ਫੋਟੋ ਚਾਹੀਦੀ ਆ, ਉਦੋਂ ਤੇ ਤੁਹਾਨੂੰ ਹਰ ਡਿਟੇਲ ਚਾਹੀਦੀ ਆ, ਅਤੇ ਉਦੋਂ ਮਤਲਬ ਉਸ ਵਾਸਤੇ ਵੀ ਤਾਂ ਸਾਨੂੰ ਤਿਆਰ ਰਹਿਣਾ ਨਾ। ਸੋ ਇਟਸ ਵੈਰੀ ਇੰਪੋਰਟੈਂਟ ਫੋਰ ਅਸ ਟੂ ਮੇਨਟੇਨ ਦੀ ਟ੍ਰਾਂਸਪੇਰੈਂਸੀ, ਅਤੇ ਫਿਰ ਅਸੀਂ ਜਿਹੜਾ ਉਹ ਕੰਮ ਕਰੀਏ। ਵਰਲਡ ਲੈਵਲ ਆਰਗਨਾਈਜੇਸ਼ਨਸ, WHO, ਯੂਨੀਸੈਫ, ਯੂਨੈਸਕੋ, ਠੀਕ ਹੈ, ਸਾਡੇ ਇੰਡੀਆ 'ਚ ਲਾ ਲਓ, ਪਿੰਗਲਵਾੜਾ ਵਾ ਜਾਂ ਹੋਰ ਵਧੀਆ ਤੋਂ ਵਧੀਆ ਜਿਹੜੀਆਂ ਐਨ ਜੀ ਓਜ਼ ਆ, ਕੋਈ ਇਹਨਾਂ ਚੀਜ਼ਾਂ ਲਈ ਮਨਾ ਨਹੀਂ ਕਰਦਾ, ਉਹਨਾਂ ਨੂੰ ਦਿਲੋਂ ਪਤਾ ਹੈ ਕਿ ਇੱਦਾਂ ਲੋਕਾਂ ਦੀ ਜਿਹੜੀ ਆ ਹੈਲਪ ਹੁੰਦੀ ਆ। ਅੱਛਾ, ਜੇ ਤੁਸੀਂ ਕਹਿੰਦੇ ਹੋ ਕਿ ਫੋਟੋ ਨਾ ਖਿੱਚੋ, ਇੰਨਾ ਹੀਨ ਭਾਵਨਾ ਹੁੰਦੀ ਆ, ਬੱਚੇ ਦੀ ਕੋਈ ਇਨਸਲਟ ਹੁੰਦੀ ਆ, ਇਸ ਗੱਲ ਨਾਲ ਜੇ ਮੈਂ 2 ਮਿੰਟ ਲਈ ਸਹਿਮਤ ਵੀ ਹੋ ਜਾਂ, ਮੈਂ ਮੰਨ ਲਿਆ ਕਿ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਫੋਟੋ ਨਹੀਂ ਬੱਚੇ ਦੀ ਖਿੱਚਣੀ ਚਾਹੀਦੀ, ਸਪੋਜ਼ ਮੇਰੀ ਐਨ ਜੀ ਓ ਦੇ ਵਿੱਚ ਕਿਸੇ ਨੇ 10,000 ਭੇਜਿਆ ਅਤੇ ਉਹਨੇ ਕਿਹਾ ਕਿ ਮਨਦੀਪ ਸ਼ੂਜ਼ ਦੇ ਦਿਓ ਬੱਚਿਆਂ ਨੂੰ ਅਤੇ ਮੈਨੂੰ ਫੋਟੋਜ਼ ਭੇਜ ਦਿਓ, ਉਹਨੂੰ ਮੈਂ ਫੋਟੋਜ਼ ਭੇਜਦੀਆਂ, ਉਹਨੇ ਜੇ ਜਨਤਕ ਕਰਤੀਆਂ ਅਤੇ ਮੈਂ ਕੀ ਕਰ ਸਕਦੀ ਇਹਦੇ ਵਿੱਚ। ਜੇ ਮੇਰੇ ਕੋਲ ਕੋਈ ਫਰੋਡ ਡੋਨਰ ਹੋਏਗਾ, ਸਪੋਜ਼ ਉਹਨੇ 50,000 ਮੈਨੂੰ ਭੇਜਤਾ ਜਾਂ ਕਿਸੇ ਵੀ ਹੋਰ ਐਨ ਜੀ ਓ ਦੇ ਕਿਸੇ ਮਰੀਜ਼ ਲਈ 50,000 ਭੇਜਤਾ, ਜਦੋਂ ਅਸੀਂ ਉਸ ਬੰਦੇ ਨੂੰ ਕਲੈਰਿਟੀ ਦਿੱਤੀ ਕਿ ਸਰ ਆਹ ਵਾਲੇ ਮਰੀਜ਼ ਦੀ ਤੁਹਾਡੀ ਹੈਲਪ ਕੀਤੀ ਆ, ਆਹ ਬੱਚਾ ਜਿਹੜਾ ਕੈਂਸਰ ਨਾਲ ਪੀੜਿਤ ਸੀ, ਆਹ ਬੱਚੇ ਜਿਹਦੀ ਲੱਤ ਵੱਢੀ ਗਈ ਆ, ਉਹਨੂੰ ਅਸੀਂ ਹੈਲਪ ਕੀਤੀ, ਅਤੇ ਜਦੋਂ ਉਹ ਜਨਤਕ ਕਰ ਦੇਗਾ ਮਨਦੀਪ ਕੌਰ ਸਿੱਧੂ ਨਾਲ ਜਾਂ ਹੋਰ ਬੜੇ ਜਿਹੜੇ ਵੀ ਸਮਾਜ ਸੇਵੀ ਆ ਉਹਨਾਂ ਨਾਲ ਜਨਤਕ ਕਰ ਦੇਗਾ ਜਾਂ ਕਿਸੇ ਫੈਮਲੀ ਨਾਲ ਜਨਤਕ ਕਰ ਦੇਗਾ, ਉਦੋਂ ਤੁਸੀਂ ਕੀ ਕਰੋਗੇ, ਠੀਕ ਆ। ਸੋ ਜੇ ਸਾਡੀ ਕੈਂਪੇਨ ਕਰਦੇ ਦੇ ਜਾਂ ਕੋਈ ਵੀ ਕਿਸੇ ਦੀ ਮਦਦ ਕਰ ਰਿਹਾ, ਸਪੋਜ਼ ਸੜਕ 'ਤੇ ਹੀ ਕੋਈ ਕਿਸੇ ਦੀ ਹੈਲਪ ਕਰ ਰਿਹਾ ਵਾ, ਜਾਂ ਤੁਸੀਂ ਲੁਧਿਆਣਾ 'ਚ ਦੇਖਦੇ ਇੰਨਾ ਅੱਛਾ ਕੰਮ ਹੁੰਦਾ, ਉਦੋਂ ਕੋਈ ਦੂਰੋਂ ਫੋਟੋ ਖਿੱਚ ਲੂਗਾ ਤਾਂ ਫਿਰ ਤੁਸੀਂ ਕੀ ਕਰੋਗੇ, ਠੀਕ ਹੈ। ਅਤੇ ਸਾਨੂੰ ਜਿਹੜਾ ਸਾਡਾ ਅਸੀਂ ਰਿਕਾਰਡ ਮੇਨਟੇਨ ਕੀਤਾ, ਅਸੀਂ 2 ਮਿੰਟ ਲਈ ਸੋਚ ਲਈ ਅਸੀਂ ਕੋਈ ਫੋਟੋ ਨਹੀਂ ਪਾਣੀ ਨੈੱਟ 'ਤੇ, ਰਾਈਟ, ਅਸੀਂ ਆਪਣਾ ਰਿਕਾਰਡ ਮੇਨਟੇਨ ਕੀਤਾ, ਇੰਟਰਨਲ ਜੇ ਸਾਡੀ ਟੀਮ 'ਚੋਂ ਕੋਈ ਬਾਅਦ 'ਚ ਉਹ ਫੋਟੋਜ਼ ਲੀਕ ਕਰ ਦੇਗਾ ਤਾਂ ਅਸੀਂ ਉਹਨੂੰ ਕਿੱਦਾਂ ਕੰਟਰੋਲ ਕਰ ਸਕਦੇ। ਸੋ ਤੁਹਾਡਾ ਨੋਟਿਸ ਜਿਹੜਾ ਹੈ ਬਿਲਕੁਲ ਹੀ ਬੇਖੁਦਾ ਅਤੇ ਬੇਤੁੱਕਾ ਹੈ। ਜੇ ਤੁਹਾਡੇ ਕੋਈ ਪੁਆਇੰਟ ਹੈ ਅਤੇ ਤੁਸੀਂ ਮੇਰੇ ਨਾਲ ਬੈਠੋ, ਆਈ ਵਾਂਟ ਟੂ ਡਿਸਕਸ ਦਿਸ, ਮੈਂ ਵਾਕਈ ਇਹਦੇ 'ਤੇ ਡਿਸਕਸ਼ਨ ਕਰਨਾ ਚਾਹੁੰਦੀ। ਅਤੇ ਅਖੀਰ 'ਤੇ ਮੇਰਾ ਥੋੜ੍ਹਾ ਜਿਹਾ ਮੈਂ ਇਸ 'ਤੇ ਅਖੀਰ 'ਤੇ ਜਿਹੜਾ ਮੈਂ ਆਪਣੇ ਪੁਆਇੰਟਸ ਰੱਖਣਾ ਚਾਹੁੰਦੀ ਹਾਂ, ਕਲੀਅਰ ਕਰਨਾ ਚਾਹੁੰਦੀ, ਮੈਂ ਆਪਣੇ ਐਕਸਪੀਰੀਅੰਸ ਤੋਂ ਦੱਸੀ ਕਿ ਐਨ ਜੀ ਓ ਸਕੂਲਾਂ 'ਚ ਨਹੀਂ ਜਾਂਦੀਆਂ ਜਿੰਨਾ ਸਕੂਲ ਉਹਨਾਂ ਨੂੰ ਬੁਲਾਉਂਦੇ ਨੇ, ਰਾਈਟ। ਐਵਰੀ ਸਕੂਲ ਵਾਂਟਸ ਕਿ ਮੈਡਮ ਸਾਡੇ ਸਕੂਲ 'ਚ ਆਓ, ਇੱਥੇ ਲੋੜ ਆ। ਟੀਚਰ ਮੈਂ ਲਾਈਵ ਵੀਡੀਓ ਵਿੱਚ ਰੋਂਦੇ ਵਿਖਾਏ ਨੇ, ਤੁਸੀਂ ਮੇਰੇ ਨਾਲ ਮੀਟਿੰਗ ਕਰੋ, ਮੈਂ ਤੁਹਾਨੂੰ ਤੁਹਾਡੇ ਟੀਚਰ ਅੱਥਰੂਆਂ ਨਾਲ ਰੋਂਦੇ ਵਿਖਾਵਾਂਗੀ ਆਪਣੀ ਵੀਡੀਓ 'ਚ ਕੱਢ ਕੇ ਕਿ ਕਿੰਨਾ ਉਹਨਾਂ ਨੂੰ ਦਰਦ ਆਉਂਦਾ। ਦੇ ਆਰ ਸੋ ਨਾਈਸ ਟੀਚਰਸ, ਕਿੰਨੇ ਵਧੀਆ ਵਧੀਆ ਟੀਚਰ ਗੌਰਮੈਂਟ ਸਕੂਲ, ਉਹਨਾਂ ਨੂੰ ਅੰਦਰੋਂ ਦਰਦ ਹੁੰਦਾ ਕਿ ਸਾਡੇ ਬੱਚੇ ਇੰਨੇ ਲੋੜਵੰਦ ਨੇ, ਇੰਨੇ ਨੀਡੀ ਨੇ।
ਸੋ ਜੇ ਤੁਹਾਨੂੰ ਭੁਲੇਖਾ ਕੀ ਅਸੀਂ ਆਪਣੀ ਸ਼ੋਹਰਤ ਨਾ ਆਪਣੇ ਮਜ਼ੇ ਲਈ ਸ਼ਾਇਦ ਅਸੀਂ ਹੈਲਪ ਕਰਨ ਚਾਹੁੰਦੇ ਹਾਂ ਆਪਣਾ ਭੁਲੇਖਾ ਕੱਢੋ ਤੁਹਾਡੇ ਟੀਚਰਸ ਤੁਹਾਡਾ ਡਿਪਾਰਟਮੈਂਟ ਜਿਹੜਾ ਵਾ ਉਹ ਐਨ ਜੀ ਓਜ਼ ਨੂੰ ਖੁਦ ਬੁਲਾਉਂਦਾ ਕਿ ਤੁਸੀਂ ਬੱਚਿਆਂ ਦੀ ਹੈਲਪ ਕਰੋ ਜਿਹੜੀ ਕਿ ਇੱਕ ਚੰਗੀ ਗੱਲ ਹੈ ਆਪਣੇ 'ਚ ਇਨਸਾਨੀਅਤ ਵਿਖਾ ਰਹੇ ਨੇ ਪਰ ਜਿਹੜੇ ਉੱਪਰ ਨੋਟਿਸ ਭੇਜਣ ਵਾਲੇ ਨੇ ਸ਼ਾਇਦ ਉਹਨਾਂ ਦਾ ਜ਼ਮੀਰ ਜਿਹੜਾ ਉਹ ਮਰ ਚੁੱਕਿਆ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਜਿਹੜੇ ਟੀਚਰਸ ਆ ਉਹ ਇਸ ਨੋਟਿਸ ਦੇ ਬਿਲਕੁਲ ਹੱਕ ਵਿੱਚ ਨਹੀਂ ਨੇ ਤੇ ਉਹ ਕਦੀ ਵੀ ਇਹ ਚੈਲੰਜ ਨਹੀਂ ਕਰ ਸਕਦੇ ਕਦੀ ਮੈਨੂੰ ਆ ਕੇ ਕਹਿਣ ਜਿੰਨੇ ਵੀ ਸਕੂਲਾਂ ਦੇ ਵਿੱਚ ਮੈਂ ਅੱਜ ਤੱਕ ਕੈਂਪੇਨ ਕੀਤਾ ਹੈ ਉਹ ਆ ਕੇ ਕਹਿਣ ਕਿ ਮੈਮ ਤੁਸੀਂ ਆਏ ਸੀ ਤੇ ਬੱਚੇ ਉਦਾਸ ਹੋ ਗਏ ਹੀਨ ਭਾਵਨਾ ਹੋ ਗਈ ਉਹਨਾਂ ਦੇ ਵਿੱਚ ਜਾਂ ਉਹਨਾਂ ਦਾ ਕੋਈ ਨੁਕਸਾਨ ਹੋ ਗਿਆ ਉਹਨਾਂ ਦੀ ਰਿਸਪੈਕਟ ਘੱਟ ਗਈ ਜੇ ਉਹ ਮੈਨੂੰ ਆ ਕੇ ਦੱਸਣ ਟੀਚਰਸ ਦੱਸਣ ਕਿ ਅਸੀਂ ਬੱਚਿਆਂ ਨੂੰ ਕਿੰਨਾ ਕੁ ਜ਼ਿਆਦਾ ਇਸ ਤਰ੍ਹਾਂ ਫੀਲ ਕਰਵਾਉਂਦੇ ਜਿੱਦਾਂ ਤੁਸੀਂ ਇਸ ਨੋਟਿਸ 'ਚ ਲਿਖ ਕੇ ਭੇਜਿਆ ਟੀਚਰਸ ਨੇ ਤੇ ਖੁਦ ਆ ਦੇਖੋ ਟੈਸਟੀਮੋਨੀਅਲ ਮੇਰੇ ਕੋਲ ਪਿਆ ਹਰ ਸਕੂਲ ਦੇ ਟੀਚਰਸ ਦਾ ਮੇਰੇ ਕੋਲ ਟੈਸਟੀਮੋਨੀਅਲ ਹੈਗਾ ਮੈਂ ਇਸ ਵੀਡੀਓ 'ਚ ਇਹੀ ਦੱਸਣਾ ਚਾਹੁੰਦੀ ਹਰ ਸਕੂਲ ਦੇ ਟੀਚਰ ਨੇ ਆਪਣੇ ਕਮੈਂਟਸ ਲਿਖ ਕੇ ਦਿੱਤੇ ਮੈਂ ਪੂਰੀ ਫਾਈਲ ਮੇਨਟੇਨ ਕੀਤੀ ਕਿੰਨਾ ਅੱਛਾ ਅੱਛਾ ਲਿਖਿਆ ਹੈ ਉਹ 'ਚ ਨਹੀਂ ਟੀਚਰ ਲਿਖ ਸਕਦਾ ਕਿਸੀ ਕਿ ਇਹਦੇ ਨਾਲ ਹੀਨ ਭਾਵਨਾ ਹੋ ਰਹੀ ਹੈ ਤੁਹਾਡੇ ਸ਼ੂਜ਼ ਦੇਣ ਨਾਲ ਤੁਹਾਡੇ ਬੈਗ ਦੇਣ ਨਾਲ ਤੁਹਾਡੀਆਂ ਵਰਦੀਆਂ ਦੇਣ ਨਾਲ ਬੱਚਿਆਂ ਨੇ ਆਪਣੇ ਕਮੈਂਟ ਲਿਖੇ ਨੇ ਬੱਚਿਆਂ ਨੇ ਆਪਣੀਆਂ ਜਿਹੜੀਆਂ ਇਮੋਸ਼ਨਸ ਆ ਉਹ ਪ੍ਰਗਟਾਏ ਨੇ ਉਦੋਂ ਨਹੀਂ ਉਹ ਕਹਿ ਸਕਦੇ ਸੋ ਐਨ ਜੀ ਓਜ਼ ਤੇ ਕਿਤੇ ਹੋਰ ਵੀ ਕੰਮ ਕਰ ਲੈਣਗੀਆਂ ਸਰਕਾਰੀ ਸਕੂਲਾਂ ਦੇ ਵਿੱਚ ਤੁਸੀਂ ਐਨ ਜੀ ਓਜ਼ ਦੀ ਕਵਰੇਜ ਬੰਦ ਕਰਨੀ ਆ ਤੇ ਕਰੋ ਮਜ਼ੇ ਕਰੋ ਮੈਂ ਕਹਿ ਰਹੀ ਕਿ ਸੰਸਥਾਵਾਂ ਤੇ ਕਿਤੇ ਹੋਰ ਵੀ ਕੰਮ ਕਰ ਲੈਣਗੀਆਂ ਹੋਰ ਥੋੜੇ ਕੰਮ ਪਏ ਨੇ ਪੰਜਾਬ ਦਾ ਤੇ ਪੂਰਾ ਪੂਰਾ ਹੀ ਬੁਰਾ ਹਾਲ ਆ ਠੀਕ ਆ ਨਾ ਪਾਣੀ ਸਹੀ ਸਾਡਾ ਨਾ ਸਾਡੀ ਜ਼ਮੀਨ ਸਹੀ ਨਾ ਕੋਈ ਚੀਜ਼ ਨਹੀਂ ਸਾਡੀ ਸਹੀ ਕੋਈ ਬੱਚੇ ਕੋ ਜੋਬ ਨਹੀਂ ਕੁਛ ਨਹੀਂ ਸੋ ਪੰਜਾਬ ਦੇ ਵਿੱਚ ਬਹੁਤ ਸਾਰੇ ਕੰਮ ਆ ਐਨ ਜੀ ਓਜ਼ ਕੋ ਬਹੁਤ ਸਾਰੇ ਸੋਸ਼ਲ ਕੌਜ਼ ਆ ਐਡਰੈਸ ਕਰਨ ਲਈ ਪਰ ਤੁਸੀਂ ਸ਼ਾਇਦ ਚਾਹੁੰਦੇ ਹੋ ਕਿ ਬੱਚੇ ਜਿਹੜੇ ਉਦਾਂ ਦੇ ਉਦਾਂ ਹੀ ਰਹਿ ਜਾਣ ਜਿਹੜਾ ਜਿਹੜਾ ਐਜੂਕੇਸ਼ਨ ਆ ਉਹਦਾ ਲੱਕ ਜਿਹੜਾ ਨਾ ਉਹ ਟੁੱਟਿਆ ਹੀ ਰਹੇ ਪੰਜਾਬ 'ਚ ਉਹਦੇ ਵਿੱਚ ਕੋਈ ਨਾ ਕੋਈ ਪੰਗਾ ਅਸੀਂ ਪਾ ਹੀ ਛੱਡੀਏ ਸੋ ਫੋਟੋ ਪਾਉਣ ਨਾਲ ਜਿਵੇਂ ਕਿ ਤੁਸੀਂ ਨੋਟਿਸ 'ਚ ਲਿਖਿਆ ਹੈ ਕਿ ਫੋਟੋ ਪਾਉਣ ਨਾਲ ਬਹੁਤ ਜ਼ਿਆਦਾ ਸ਼ੋਹਰਤ ਮਿਲਦੀ ਸ਼ਾਇਦ ਐਨ ਜੀ ਓਜ਼ ਨੂੰ ਬੜਾ ਉਹ ਆਪਣਾ ਟੌਰ ਬਣਾਉਂਦੇ ਨੇ ਠੀਕ ਆ ਆਪਣੀ ਮਸ਼ਹੂਰੀ ਕਰਦੇ ਨੇ ਅਤੇ ਕਿਰਪਾ ਕਰਕੇ ਮੈਂ ਤੁਹਾਨੂੰ ਇਹੀ ਕਹਿ ਕਿ ਓਪਨ ਚੈਲੰਜ ਕਰਦੀ ਤੁਸੀਂ ਮੇਰੀ ਐਨ ਜੀ ਓ ਦਾ ਆਡਿਟ ਕਰੋ ਤੁਸੀਂ ਮੇਰੀ ਡਿਟੇਲਸ ਦੇਖੋ ਤੁਸੀਂ ਇਹ ਦੇਖੋ ਕਿ ਐਨ ਜੀ ਓਜ਼ ਆਪਣਾ ਪਰਸਨਲੀ ਆਪਣੇ ਆਪ ਨੂੰ ਆਪਣਾ ਢਿੱਡ ਕੱਟ ਕੇ ਇਸ ਕੰਮ ਵੱਲ ਆਪਣਾ ਹੈਲਪ ਕਰਦੀਆਂ ਵਾ ਕਿ ਉਹ ਲੋਕਾਂ ਦੇ ਪੈਸਿਆਂ ਨਾਲ ਕੰਮ ਕਰਦੀਆਂ ਤੁਹਾਨੂੰ ਲੱਗਦਾ ਫੋਟੋ ਪਾ ਕੇ ਵੀਡੀਓ ਪਾ ਕੇ ਬੜੇ ਲੱਖਾਂ ਰੁਪਏ ਆ ਜਾਂਦੇ ਨੇ ਵਾਕਈ ਤੁਸੀਂ ਆਡਿਟ ਕਰੋ ਦੇਖੋ ਆਉਂਦੇ ਲੱਖਾਂ ਰੁਪਏ ਤੁਹਾਡਾ ਏਡਾ ਵੱਡਾ ਭੁਲੇਖਾ ਹੈ ਬੰਦਾ ਆਪਣਾ ਸਾਰਾ ਦਿਨ ਲਾ ਕੇ ਆਪਣਾ ਪੂਰਾ ਟਾਈਮ ਕੱਢ ਕੇ ਠੀਕ ਹੈ ਜਿਹੜੇ ਲੋਕ ਮਰੀਜ਼ਾਂ ਦੀ ਹੈਲਪ ਕਰ ਰਹੇ ਨੇ ਹੋਸਪਿਟਲਸ ਹੋਰ ਜਿਹੜੇ ਕੰਮ ਕਰ ਰਹੇ ਨੇ ਆਪਣੀ ਯੰਗ ਏਜ ਗਵਾ ਕੇ ਜਿਹੜਾ ਉਹ ਇਹ ਕੰਮ ਕਰ ਰਹੇ ਨੇ ਅਤੇ ਤੁਹਾਡਾ ਭੁਲੇਖਾ ਹੈ ਕਿ ਸ਼ਾਇਦ ਉਹਨਾਂ ਨੂੰ ਕੋਈ ਸ਼ੋਹਰਤ ਮਿਲ ਰਹੀ ਹੈ ਇਸ ਭੁਲੇਖੇ 'ਚੋਂ ਜਿਹੜੇ ਆ ਤੁਸੀਂ ਬਾਹਰ ਆ ਜਾਓ ਕੋਈ ਐਨ ਜੀ ਓਜ਼ ਨੂੰ ਕੋਈ ਇੱਦਾਂ ਨਹੀਂ ਕਿ ਬੜੇ ਲੋਕ ਲੱਖਾਂ ਰੁਪਏ ਭੇਜ ਰਹੇ ਨੇ ਇਹ ਬਿਲਕੁਲ ਹੀ ਜਿਹੜਾ ਬੇਹੁਦਾ ਤੁਹਾਡੀ ਸੋਚ ਆ ਸੋ 2 ਵੀਕਸ ਹੋ ਗਏ ਮੈਨੂੰ ਲਾਸਟ 2 ਹਫ਼ਤੇ ਹੋ ਗਏ ਮੇਰੀ ਬਹੁਤ ਸਾਰੀ ਡਿਸਕਸ਼ਨ ਚੱਲ ਰਹੀ ਇਸ ਚੀਜ਼ 'ਤੇ ਮੈਂ ਤਾਂ ਬੜਾ ਸੋਚ ਰਹੀ ਸੀ ਕਿ ਇਹਦੇ 'ਤੇ ਮੈਂ ਬੋਲਣਾ ਸੋ ਆਲਮੋਸਟ ਇਟਸ 2 ਵੀਕਸ 2 ਵੀਕ ਹੋ ਗਏ ਮੈਂ ਕੋਈ ਕੈਂਪੇਨ ਨਹੀਂ ਕੀਤਾ ਕਿਸੇ ਸਕੂਲ ਦੇ ਵਿੱਚ ਕੋਈ ਸ਼ੂ ਗਿਵਿੰਗ ਕੈਂਪੇਨ ਨਹੀਂ ਕੀਤਾ ਅਤੇ ਕਿਉਂਕਿ ਮੈਂ ਕਿਉਂ ਨਹੀਂ ਕੋਈ ਕੈਂਪੇਨ ਕੀਤਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਹੜੀ ਗੱਲ ਆ ਉਹ ਅਧਿਆਪਕਾਂ 'ਤੇ ਆ ਜਾਏਗੀ ਮੈਨੂੰ ਲੱਗਦਾ ਕਿ ਅਧਿਆਪਕਾਂ ਨੂੰ ਨੋਟਿਸ ਆਇਆ ਹੋਇਆ ਕਿ ਤੁਸੀਂ ਐਨ ਜੀ ਓਜ਼ ਨੂੰ ਕਵਰੇਜ ਨਹੀਂ ਕਰਨ ਦੇਣੀ ਅਸੀਂ ਬਿਨਾਂ ਕਵਰੇਜ ਤੋਂ ਬਿਨਾਂ ਟਰਾਂਸਪੇਰੈਂਸੀ ਤੋਂ ਕੰਮ ਕਰਨਾ ਨਹੀਂ ਚਾਹੁੰਦੇ ਇਸ ਕਰਕੇ ਅਸੀਂ ਸਕੂਲਾਂ ਦੇ ਵਿੱਚ ਜਿਹੜੇ ਆਪਣੇ ਸ਼ੂ ਗਿਵਿੰਗ ਕੈਂਪੇਨਸ ਟੈਂਪਰੇਰੀਲੀ ਉਹ ਹੋਲਡ ਕਰਤੇ ਨੇ ਅਤੇ ਮੈਂ ਆਪਣੀ ਇਸ ਵੀਡੀਓ ਥਰੂ ਜਿਹੜੀ ਆ ਉਹ ਸਰਕਾਰ ਨੂੰ ਜਾਂ ਜਿੰਨੇ ਵੀ ਇਹ ਨੋਟਿਸ ਕੱਢਿਆ ਉਹਨੂੰ ਮੈਂ ਰਿਕੁਐਸਟ ਕਰਨਾ ਚਾਹਾਂਗੀ ਕਿ ਆਪਣਾ ਇਹ ਬੇਹੁਦਾ ਬੇਤੁਕਾ ਨੋਟਿਸ ਜਿਹੜਾ ਪਲੀਜ਼ ਤੁਸੀਂ ਵਾਪਸ ਲਓ ਅਤੇ ਕਈ ਵਾਰੀ ਯੂ ਨੋ ਨਹੀਂ ਪਤਾ ਲੱਗਦਾ ਜ਼ਮੀਨੀ ਪੱਧਰ 'ਤੇ ਕੀ ਹੋ ਰਿਹਾ ਅਤੇ ਨੋਟਿਸ ਜਿਹੜੇ ਆ ਉਹ ਨਿਕਲ ਜਾਂਦੇ ਨੇ ਅਤੇ ਤੁਸੀਂ ਜਿਹੜਾ ਵਾ ਇਹਦੇ 'ਤੇ ਦੁਬਾਰਾ ਵਿਚਾਰ ਕਰੋ ਇਫ ਯੂ ਵਾਂਟ ਜਾਂ ਜੇ ਇੱਦਾਂ ਦਾ ਕੁਛ ਪੋਸੀਬਿਲਿਟੀ ਹੈਗੀ ਆ ਆਈ ਐਮ ਰੈਡੀ ਟੂ ਮੀਟ ਮੈਂ ਇਸ ਚੀਜ਼ 'ਤੇ ਲਾਈਵ ਮੀਟਿੰਗ ਕਰਨ ਲਈ ਰੈਡੀ ਹਾਂ ਮੇਰੇ ਕੋਲ ਹੋਰ 100 ਪੁਆਇੰਟਸ ਨੇ ਜਿਹੜੇ ਕਿ ਮੈਂ ਵੀਡੀਓ ਇੰਨੀ ਲੰਬੀ ਨਹੀਂ ਕਰਨਾ ਚਾਹੁੰਦੀ ਆਈ ਡੋਂਟ ਵਾਂਟ ਟੂ ਮੈਂਸ਼ਨ ਐਵਰੀਥਿੰਗ ਅਤੇ ਤੁਸੀਂ ਉਹਦੇ 'ਤੇ ਜਿਹੜੀ ਗੱਲ ਕਰੋ ਅਤੇ ਲਾਸਟ 'ਤੇ ਮੈਂ ਇਹ ਕਹਾਂਗੀ ਕਿ ਅਸੀਂ ਜਦੋਂ ਬੱਚਿਆਂ ਦੀ ਹੈਲਪ ਕਰਦੇ ਹਾਂ ਕਦੀ ਵੀ ਇਹ ਨਹੀਂ ਮਨ 'ਚ ਸੋਚਦੇ ਕਿ ਅਸੀਂ ਕਿਸੇ ਲੋੜਵੰਦ ਦੀ ਮਦਦ ਕਰ ਰਹੇ ਹਾਂ ਜਾਂ ਕੋਈ ਯੂਨੋ ਕਿਸੇ 'ਤੇ ਤਰਸ ਕਰ ਰਹੇ ਹਾਂ ਜੇ ਮੈਂ ਆਪਣੀ ਖੁਦ ਦੀ ਗੱਲ ਕਰਾਂ ਮੈਂ ਆਪਣੇ ਇਮੋਸ਼ਨਸ ਨਾਲ ਆਪਣੀਆਂ ਫੀਲਿੰਗਸ ਨਾਲ ਆਪਣੀ ਸ਼ਰਧਾ ਨਾਲ
खुद का दसवंध एनजीओ च पा के जिहड़ा हमेशा मैं अपना काम करदी हां अपनी एक पूरे बच्चे नूं अपने पन दे विच ते हुण तुसीं मेरा काम 3 साल तो वेख ही लिया है ਤੁਸੀਂ 300 ਦੇ 300 ਜਿੰਨੇ ਵੀ ਸਰਕਾਰੀ ਸਕੂਲ ਆਊਟ ਆਫ ਸਾਡੇ ਜਿੰਨੇ 336 ਕੈਂਪੇਨ ਕੀਤੇ ਉਹਦੇ ਵਿੱਚੋਂ ਜਿੰਨੇ ਵੀ ਸਰਕਾਰੀ ਸਕੂਲ ਸੀ ਤੁਸੀਂ ਜਿਹੜਾ ਵਾ ਉਹਦਾ ਫੀਡਬੈਕ ਲਓ ਕਿ ਜਦੋਂ ਮਨਦੀਪ ਆਈ ਸੀ ਸਾਡੇ ਸਕੂਲ ਤੇ ਕਿੰਨਾ ਕੁ ਉਹਨੇ ਬੱਚਿਆਂ ਨੂੰ ਇੱਦਾਂ ਫੀਲ ਕਰਾਇਆ ਜਾਂ ਉਹਨੇ ਇੱਦਾਂ ਵੇਖਿਆ ਕਿ ਹਾਂ ਇਹ ਬੱਚਾ ਗਰੀਬ ਆ ਅਤੇ ਮੈਂ ਕੁਛ ਹੈ ਸੋ ਤੁਸੀਂ ਇਹੋ ਜਿਹੀ ਹੀਨ ਭਾਵਨਾ ਵਾਲੀ ਨੋਟਿਸ ਕੱਢੋਗੇ ਜਾਂ ਗਰੀਬ ਨੂੰ ਗਰੀਬ ਕਹੋਗੇ ਜਾਂ ਲੋੜਵੰਦ ਕਹੋਗੇ ਤੇ ਆਈ ਥਿੰਕ ਆਪਣੇ ਆਪ ਹੀ ਉਹ ਹੀਨ ਭਾਵਨਾ ਮਾਰਕੀਟ 'ਚ ਕ੍ਰੀਏਟ ਹੁੰਦੀ ਆ ਆਸੇ ਪਾਸੇ ਕ੍ਰੀਏਟ ਹੁੰਦੀ ਆ ਤੁਸੀਂ ਪਹਿਲਾਂ ਹੀ ਸਮਝ ਲਓ ਕਿ ਅਸੀਂ ਇੱਕ ਫੈਮਿਲੀ ਹਾਂ ਤੁਸੀਂ ਖੁਦ ਜਦੋਂ ਅਸੀਂ ਫੋਟੋ ਵੀ ਪਾ ਰਹੇ ਹਾਂ ਮੈਂ ਆਪਣੇ ਬ੍ਰਦਰ ਨੂੰ ਵੀ ਵਾਚ ਦੇ ਕੇ ਫੋਟੋ ਪਾ ਸਕਦੀ ਹਾਂ ਕਿ ਆਈ ਹੈਵ ਗਿਫਟਿਡ ਦਿਸ ਵਾਚ ਟੂ ਮਾਈ ਬ੍ਰਦਰ ਰਾਈਟ ਸੋ ਇਹ 'ਚ ਕੋਈ ਗੱਲ ਨਹੀਂ ਆ ਕਿਸੇ ਦੀ ਹੈਲਪ ਕਰਨੀ ਜਾਂ ਕਿਸੇ ਨੂੰ ਜਨਤਕ ਕਰਨਾ ਮੈਂ ਉਹਨੂੰ ਖੁਦ ਦਾ ਆਪਣਾ ਸਮਝ ਕੇ ਜਾਂ ਜਿਹੜੀਆਂ ਵੀ ਐਨ ਜੀ ਓਜ਼ ਹੈਲਪ ਕਰਦੀਆਂ ਵਾਂ ਆਪਣਾ ਸਮਝ ਕੇ ਅਸੀਂ ਕਰਦੇ ਹਾਂ ਪਲੱਸ ਇਹਦੇ ਨਾਲ ਬਹੁਤ ਲੋਕ ਪ੍ਰੇਰਿਤ ਹੁੰਦੇ ਨੇ ਇਹਦੇ ਨਾਲ ਟਰਾਂਸਪੇਰੈਂਸੀ ਵੱਧਦੀ ਆ ਸੋ ਵਿਦਆਊਟ ਟਰਾਂਸਪੇਰੈਂਸੀ ਜਿਹੜਾ ਵਾ ਕਦੀ ਵੀ ਸੋਸ਼ਲ ਵਰਕ ਜਿਹੜਾ ਪੋਸੀਬਲ ਨਹੀਂ ਆ ਹਮੇਸ਼ਾ ਹੀ ਗਲਤ ਕੰਮ ਹੁੰਦੇ ਰਹਿਣਗੇ ਗਲਤ ਹਮੇਸ਼ਾ ਹੀ ਲੋਕ ਜਿਹੜੇ ਇੱਕ ਦੂਜੇ ਨੂੰ ਬੇਵਕੂਫ ਬਣਾਉਂਦੇ ਰਹਿਣਗੇ ਸੋ ਜੇ ਟਰਾਂਸਪੇਰੈਂਸੀ ਹੈਗੀ ਆ ਤਾਂ ਪਲੀਜ਼ ਇਹਨੂੰ ਮੇਨਟੇਨ ਕਰੋ ਪਲੱਸ ਇੱਕ ਮੇਰੇ ਮਿਸ਼ਨ ਦੀ ਉਦਾਹਰਣ ਤੋਂ ਤੁਸੀਂ ਆਪਣੀ ਟੀਮ ਲਗਾਓ ਅੱਜ ਤੱਕ 16,500 ਸ਼ੂਜ਼ ਜਿਹੜੇ ਕੰਪਲੀਟ ਕੀਤੇ ਆ ਤੁਸੀਂ ਇਕੱਲੀ ਇਕੱਲੀ ਫੋਟੋ ਆ ਕੇ ਚੈੱਕ ਕਰੋ ਇੱਕ ਇੱਕ ਫੋਟੋ ਚੈੱਕ ਕਰੋ ਇੱਕ ਇੱਕ ਕੰਸੈਂਟ ਲੈਟਰ ਚੈੱਕ ਕਰੋ ਤੁਸੀਂ ਪੂਰਾ ਵੇਖੋ ਕਿ ਟਰਾਂਸਪੇਰੈਂਸੀ ਦੇ ਕਰਕੇ ਇਹ ਮਿਸ਼ਨ ਕਿੱਥੋਂ ਤੱਕ ਪਹੁੰਚਿਆ ਅਤੇ ਟਰਾਂਸਪੇਰੈਂਸੀ ਦੇ ਕਰਕੇ ਪੰਜਾਬ 'ਚ ਕਿੰਨੀਆਂ ਔਰਗਨਾਈਜੇਸ਼ਨਸ ਆ ਕਿੰਨੇ ਅੱਛੇ ਅੱਛੇ ਲੋਕ ਆ ਜਿਹੜੇ ਕਿ ਵਧੀਆ ਕੰਮ ਕਰ ਪਾ ਰਹੇ ਨੇ ਕਿਉਂਕਿ ਉਹ ਇੱਕ ਟਰਾਂਸਪੇਰੈਂਟ ਜਿਹੜਾ ਕੰਮ ਕਰ ਰਹੇ ਨੇ ਜੇ ਉਹ ਕਿਸੇ ਨੂੰ ਆਪਣੇ ਨਾਲ ਫੋਟੋ ਵੀ ਪਾ ਰਹੇ ਨੇ ਉਹਨਾਂ ਦਾ ਕੋਈ ਸ਼ੋਹਰਤ ਨਾਲ ਜਿਹੜਾ ਵਾ ਮਤਲਬ ਨਹੀਂ ਆ ਜਿੰਨਾ ਤੁਹਾਨੂੰ ਲੱਗਦਾ ਹੈ ਅਤੇ ਉਹਨਾਂ ਨੂੰ ਕੋਈ ਇੰਨੇ ਪੈਸੇ ਨਹੀਂ ਆ ਰਹੇ ਜਿੰਨਾ ਤੁਹਾਨੂੰ ਜਿਹੜਾ ਉਹ ਭੁਲੇਖਾ ਹੈ ਸੋ ਪਲੀਜ਼ ਆਪਣੇ ਨੋਟਿਸ 'ਤੇ ਜਿਹੜਾ ਦੁਬਾਰਾ ਵਿਚਾਰ ਕਰੋ ਸੋ ਜਿਹੜੇ ਜਿਨ੍ਹਾਂ ਨੇ ਵੀ ਮੇਰੀ ਵੀਡੀਓ ਸੁਣੀ ਆ ਆਈ ਵੁੱਡ ਲਵ ਕਿ ਜੇ ਤੁਹਾਡੇ ਨਾਲ ਮੇਰੀ ਕੋਈ ਡਿਸਕਸ਼ਨ ਹੋ ਸਕੇ ਜਾਂ ਤੁਹਾਡੇ ਕੋਲ ਕੋਈ ਪੁਆਇੰਟ ਆ ਜਾਂ ਕਿਤੇ ਮੈਂ ਗਲਤ ਹਾਂ ਤਾਂ ਪਲੀਜ਼ ਤੁਸੀਂ ਮੈਨੂੰ ਦੱਸ ਸਕਦੇ ਹੋ ਸੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਮਨਦੀਪ ਕੌਰ ਸਿੱਧੂ